आओ सत्संग जीओ। धन गुरु ग्रंथ साहब महाराज सच्चे पातशाह जी दी सुभागी ताजपोशी। इस समागम सतगुरां ने प्रबंधकां पासों सारियां संगतां दे सिर ते हाथ रख के सेवा ली ਲੈ ਰਹੇ ਨੇ। ਹਰ ਸਾਲ ਗੁਰੂ ਬਖਸ਼ਿਸ਼ ਦੇ ਖਾਤੇ ਵਿੱਚੋਂ ਸੇਵਾ ਲੈਂਦੇ। ਬੜਾ ਪਿਆਰਾ ਸਤ ਸੰਗਤ ਇਹ ਲਫ਼ਜ਼ ਗੁਰਤਾ ਗੱਦੀ ਗੁਰਗੱਦੀ ਦਿਵਸ ਅਸੀਂ ਕਹਿੰਦੇ ਹਾਂ। ਅੱਜ ਅੰਮ੍ਰਿਤ ਵੇਲੇ ਵੀ ਸਿਮਰਨ ਸਾਧਨਾ 'ਚ ਦਾਸ ਨੇ ਗੱਲ ਕਹੀ ਸੀ, ਜਿਹੜੇ ਲਫ਼ਜ਼ ਦੀ ਚੋਣ ਕੀਤੀ ਹੈ ਬੜੇ ਪਿਆਰੇ ਲਫ਼ਜ਼ ਦੀ ਚੋਣ ਕੀਤੀ ਹੈ, ਸੁਭਾਗੀ ਤਾਜਪੋਸ਼ੀ। ਜਦੋਂ ਕਿਹਾ ਜਾਂਦਾ ਨਾ ਤਾਜਪੋਸ਼ੀ ਤਾਂ ਇੱਦਾਂ ਲੱਗਦਾ ਕੋਈ ਸ਼ਹਿਨਸ਼ਾਹੀ ਗੱਲ ਚੱਲ ਰਹੀ ਹੈ। ਆਖੋ ਸਤਨਾਮ ਵਾਹਿਗੁਰੂ, ਸ਼ਹਿਨਸ਼ਾਹੀ ਗੱਲ ਚੱਲ ਰਹੀ। ਤਾਜਪੋਸ਼ੀਆਂ ਕਿਹਨਾਂ ਦੀਆਂ ਹੁੰਦੀਆਂ? ਸ਼ਹਿਨਸ਼ਾਹਾਂ ਦੀਆਂ ਹੁੰਦੀਆਂ। ਔਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਇਸ ਵੇਲੇ ਸਾਧ ਸੰਗਤ ਕਿਹੜੇ ਸ਼ਹਿਨਸ਼ਾਹ ਨੇ, ਕਿਹੜੇ ਰਾਜੇ ਨੇ? ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜ। ਗਰੀਬ ਨਿਵਾਜ ਮਿਹਨਤੀ ਥੋੜ੍ਹੀ ਬੇਸ ਘਟਾ ਦੇਣਾ, ਮਿਹਨਤੀ ਬੇਸ ਥੋੜ੍ਹੀ ਘਟਾ ਦੇ। ਆਓ ਸਤਸੰਗ ਜੀਓ। ਬੜੇ ਸੁਲਝੇ ਹੋਏ ਲਫ਼ਜ਼ਾਂ ਦੇ ਵਿੱਚ ਗੁਰਮੁਖ ਪਿਆਰੇ ਸਟੇਜ ਦਾ ਸੰਚਾਰ ਕਰਦੇ ਪਏ ਨੇ, ਸਟੇਜ ਤਖਤਰ ਸਾਹਿਬ। ਮੈਂ ਵੇਖ ਰਿਹਾ ਸੀ, ਸੁਣ ਰਿਹਾ ਸੀ, ਬੜੇ ਸੋਹਣੇ ਲਫ਼ਜ਼ਾਂ ਦੀ ਚੋਣ ਔਰ ਬੜੇ ਢੰਗ ਦੇ ਨਾਲ ਤਰਤੀਬ ਦੇ ਨਾਲ ਔਰ ਬੜੇ ਸ਼ਿੰਗਾਰ ਕੇ ਜਿਹੜੇ ਸ਼ਬਦ ਬੋਲੇ ਜਾਂਦੇ ਨੇ। ਮਾਲਕ ਦੀ ਦਇਆ ਲੱਗ ਰਹੀ ਹੈ, ਬਖਸ਼ਿਸ਼, ਗੁਰੂ ਦੀ ਕਿਰਪਾ। ਬੇਸ਼ੱਕ ਸਮਾਂ ਅਨਾਊਂਸਮੈਂਟ ਨਹੀਂ ਕੀਤਾ ਗਿਆ ਦਸਰਿਆਂ ਦਾ, ਇਹ ਮਾਣ ਬਖਸ਼ਿਆ ਕਿ ਵੀ ਜਿੰਨਾ ਖੁੱਲ੍ਹਾ ਸਮਾਂ, ਪਰ ਇੱਕ ਸੀਮਿਤ ਘੇਰੇ ਦੇ ਵਿੱਚ ਹੀ ਸਾਧ ਸੰਗਤ ਜੀ ਸਮਾਂ। ਆਓ ਸਾਰੇ ਕਿਰਪਾ ਕਰਿਓ, 2-4-5 ਮਿੰਟ ਪਹਿਲੇ ਵਾਹਿਗੁਰੂ ਸਿਮਰਨ, ਫਿਰ ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ। ਵੈਸੇ ਤਾਂ ਇਹ ਜ਼ਬਾਨ ਤਾਂ ਏਕ ਜੇਬਾ ਏਕ ਜੀ ਕਛ ਕਹੀ ਨਾ ਜਾਏ, ਜੇਬਾ ਏਕ ਕਵਨ ਗੁਣ ਕਹੀਏ, ਤੇਰੇ ਕਿਹੜੇ ਕਿਹੜੇ ਗੁਣ ਗਾ ਲਾਂਗਾ। ਪਰ ਚਲੋ, ਪੂਰੇ ਸਮੁੰਦਰ ਨੂੰ ਤਾਂ ਨਹੀਂ ਮਿਣ ਸਕਦੇ, ਕੁਝ ਕੁ ਲਹਿਰਾਂ ਹੀ ਸਹੀ। ਆਖੋ ਸਤਨਾਮ, ਗੁਰੂ ਕਿਰਪਾ ਕਰਨ। ਆਓ 2-4 ਮਿੰਟ ਪਹਿਲੇ ਵਾਹਿਗੁਰੂ ਸਿਮਰਨ। ਜਿੰਨੀਆਂ ਸੰਗਤਾਂ ਬੈਠੀਆਂ, ਜਿੰਨੀਆਂ ਸੰਗਤਾਂ ਮੱਥਾ ਟੇਕ ਰਹੀਆਂ, ਲਾਈਨਾਂ 'ਚ ਲੱਗੀਆਂ, ਕਰਿਓ ਜੀ ਕਿਰਪਾ, ਰਸਨਾ ਸਫਲੀ ਕਰਿਓ। ਇਹ ਪਲ ਬੜੇ ਕੀਮਤੀ ਨੇ, ਇਹ ਪਲ ਜਿਹੜੇ ਸਤਸੰਗ ਦੇ ਵਿੱਚ ਆ ਜਾਣ, ਔਰ ਜਿਹੜੇ ਪਲ ਸਤਸੰਗ ਦੇ ਵਿੱਚ ਬਤੀਤ ਹੋਣ, ਉਹ ਕੀਮਤ ਉਹਦੀ ਕੀਮਤ ਪੈ ਜਾਂਦੀ ਹੈ, ਕੀਮਤੀ ਬਣ ਜਾਂਦੇ। ਕਈ ਵਾਰੀ ਸਟੇਜ ਤੋਂ ਕਿਹਾ ਜਾਂਦਾ, ਤੁਸੀਂ ਆਪਣੇ ਕੀਮਤੀ ਸਵਾਸ, ਆਪਣਾ ਕੀਮਤੀ ਸਮਾਂ ਕੱਢ ਕੇ ਆਏ ਇੱਥੇ, ਤੁਹਾਡਾ ਧੰਨਵਾਦ, ਕੀਮਤੀ ਸਮਾਂ ਕੱਢ ਕੇ ਆਏ। ਨਹੀਂ, ਜਿਹੜਾ ਤੁਸੀਂ ਇੱਥੇ ਬੈਠੇ ਹੋ, ਇਹ ਸਮਾਂ ਕੀਮਤੀ ਬਣਿਆ। ਬਾਹਰ ਤਾਂ ਪਤਾ ਨਹੀਂ ਆ ਸਮੇਂ 'ਚ ਨਿੰਦਿਆ ਹੋਣੀ ਸੀ ਕਿ ਈਰਖਾ ਹੋਣੀ ਸੀ ਕਿ ਫਿਲਮਾਂ 'ਚ ਕਿ ਨਾਟਕਾਂ 'ਚ ਕਿ ਕਿਤੇ ਪਤਾ ਨਹੀਂ ਕਿੱਥੇ ਬੈਠੇ ਹੋਣਾ ਸੀ ਜੀ। ਉਹ ਸਮਾਂ ਕੋਈ ਸਫਲਾ ਹੈ? ਸਫਲਾ ਤਾਂ ਆ ਹੈ ਕਿ ਸਾਧ ਸੰਗਤ ਸਾਰੇ ਪਾਸੋਂ ਤੋਂ ਮਨ ਮੋੜ ਕੇ ਇੱਥੇ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਹੋਇਆ। ਆਖੋ ਸਤਨਾਮ, ਵਾਹਿਗੁਰੂ। ਕਰਿਓ ਜੀ ਕਿਰਪਾ ਸਾਰੇ, ਕੋਈ ਰਸਨਾ ਹੁਣ ਵਾਂਝੀ ਨਾ ਰਹੇ, ਕਰਿਓ ਕਿਰਪਾ ਸਾਰੇ। ਜਿਹੜੀਆਂ ਸੰਗਤਾਂ ਹੁਣ ਲਾਈਵ ਬੈਠੀਆਂ ਨੇ, ਉਹਨਾਂ ਦੇ ਵੀ ਚਰਨਾਂ 'ਚ ਮੈਂ ਬੇਨਤੀ ਕਰਦਿਆਂ, ਕੱਲ੍ਹ ਤੁਸੀਂ ਬਹੁਤ ਪਿਆਰ ਦਿੱਤਾ, ਜੋ ਗੁਰੂ ਦੀ ਕਿਰਪਾ ਜੀਰੇ ਸਮਾਗਮ ਸੀ, ਦਾਸ ਨੂੰ ਬੜੇ ਕਮੈਂਟ, ਬੜੇ ਇੱਦਾਂ ਕਿ ਬੜੇ ਪਿਆਰ ਦੇ ਨਾਲ ਆਪ ਜੀਆਂ ਨੇ। ਹੁਣ ਵੀ ਆਪ ਜੀ ਪਿਆਰ ਦੇ ਨਾਲ ਬੈਠੋ, ਜਿੱਥੇ ਜਿੱਥੇ ਤੁਸੀਂ ਘਰਾਂ 'ਚ ਬੈਠੇ ਹੋ, ਜੇ ਚੌਂਕੜੇ ਲਾ ਸਕਦੇ ਹੋ ਤਾਂ ਬਹੁਤ ਮੁਬਾਰਕ। ਬਾਕੀ ਤੁਹਾਡੀ ਮੌਜ ਹੈ, ਜਿਵੇਂ ਵੀ ਆਪ ਜੀ ਨੇ ਸਤਿਗੁਰ ਦੀ ਕਿਰਪਾ ਪ੍ਰਮਾਣਨੀ ਹੈ, ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ, ਕਰਿਓ ਜੀ ਕਿਰਪਾ ਜੀ। ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ 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 ਜੀ 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 ਵਾਹਿਗੁਰੂ 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 ਮਿਲ ਕੇ ਜਪੋ ਜੀ ਮਿਲ ਕੇ ਵਾਹਿਗੁਰੂ 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 ਕਰੋ ਨੇਤਰ ਬੰਦ ਹਰ ਸਵਾਸ ਰੰਗ ਦਿਓ ਹਰ ਸਵਾਸ ਵਾਹਿਗੁਰੂ 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 ਹਰ ਸਵਾਸ ਦੇ ਵਿੱਚ ਕਮਾਈ ਕਰੋ ਕਮਾਈ ਹਰ ਸਵਾਸ ਦੇ ਵਿੱਚ ਕਮਾਈ ਵਾਹਿਗੁਰੂ 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 ਜੀ 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 ਓਹੋ ਵਾਹਿਗੁਰੂ ਜੀ 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 ਵਾਹਿਗੁਰੂ 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 ਜੀ ਵਾਹਿਗੁਰੂ 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 ਵਾਹਿਗੁਰੂ
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 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 ਆਓ ਜੀ ਵਾਹਿਗੁਰੂ ਵਾਹਿਗੁਰੂ ਇੱਕ ਮਿੰਟ ਖਾਲੀ ਨੇਤਰ ਬੰਦ ਕਰ ਲਓ ਇੱਕ ਮਿੰਟ ਜਿਹੜੇ ਇੱਥੇ ਬੈਠੇ ਨੇ ਆਪ ਜੀਆਂ ਦੇ ਵੀ ਚਰਨਾਂ 'ਚ ਬੇਨਤੀ ਜਿਹੜੇ ਘਰਾਂ 'ਚ ਤੁਹਾਡੇ ਵੀ ਚਰਨਾਂ 'ਚ ਇੱਕ ਮਿੰਟ ਖਾਲੀ ਰੀੜ੍ਹ ਦੀ ਹੱਡੀ ਸਿੱਧੀ ਰੀੜ ਦੀ ਹੱਡੀ ਸਿੱਧੀ ਸੁਰਤ ਲੈ ਜਾਓ ਸ਼੍ਰੀ ਹਰਿਮੰਦਰ ਸਾਹਿਬ ਸੁਰਤ ਲੈ ਜਾਓ ਸ਼੍ਰੀ ਹਰਿਮੰਦਰ ਸਾਹਿਬ ਇੱਕ ਸੈਕਿੰਡ ਲਈ ਵੀ ਸੁਰਤ ਬਾਹਰ ਨਾ ਨਿਕਲੇ ਉੱਥੋਂ ਰਸਨਾ ਜਪੇ ਰਸਨਾ ਗੁਰੂ ਸਾਹਿਬ ਜੀ ਸਤਨਾਮ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ 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 ਜੀ ਵਾਹਿਗੁਰੂ 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 ਸਮਰੋ 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 ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਹੁਣ ਸੰਗਤ ਜੀ ਤੁਸੀਂ ਜਪਣਾ ਨਾ ਕਰੀ ਮੋਹਤਾਜ ਜੀ ਹਾਂਜੀ ਧੰਨ ਗੁਰੂ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੋਹਤਾਜ ਜੀ ਖੁੱਲ ਕੇ ਖੁੱਲ ਕੇ ਜਮੋ ਮੈਨੂੰ ਆਸਰਾ ਤੁਹਾਡਾ ਮੈਨੂੰ ਆਸਰਾ ਤੁਹਾਡਾ ਮੇਰੇ ਧੰਨ ਗੁਰੂ ਰਾਮਦਾਸ ਜੀ ਮੈਨੂੰ ਆਸਰਾ ਤੁਹਾਡਾ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੰਗਤ ਜੀ ਧੰਨ ਗੁਰੂ
ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦਿਲਾਲ ਜੀ ਨਾ ਕਰੀ ਮਹਤਾ ਜੀ रखी गरीब दिलार ना करी मोहताज रखी गरीब दिलार ना करी मोहताज धन गुरु रामदास रखी गरीब दिलार ना करी मोहताज संग गुरु ग्रंथ साहब महाराज जी दे प्यार च बोलो बोलो ਜਿਸ ਵਿੱਚ ਵੱਡੀਆਂ ਵੱਡਿਆਈਆਂ ਸਤਿਗੁਰ ਵੱਡਾ ਕਰ ਸਲਾਹੀਐ 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 ਜਿਸ ਵਿੱਚ ਵੱਡੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਤਿਗੁਰ ਵੱਡਾ ਕਰ ਸਲਾਹੀਐ ਵੱਡਾ ਜਿਸ ਵਿੱਚ ਵੱਡੀਆਂ ਸਹਿ ਮੇਲੇ ਤਨ ਦਰੀਆਈਆਂ ਸਹਿ ਮੇਲੇ ਦਰੀਆਈਆਂ ਜਦ ਸਪਾਣਾ ਕਾ ਮਨ ਵਸਾਈਆਂ ਜਦ ਸਪਾਣਾ ਕਾ ਮਨ ਵਸਾਈਆਂ ਜਦ ਸਪਾਣਾ ਕਾ ਮਨ ਵਸਾਈਆਂ ਸਪਾਣਾ ਕਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸ਼ੈ ਪੁੱਠੇ ਨੌ ਨਿਦ ਪਾਈਆਂ ਸ਼ੈ ਪੁੱਠੇ ਨੌ ਨਿਦ ਪਾਈਆਂ ਸ਼ੈ ਪੁੱਠੇ ਨੌ ਨਿਦ ਪਾਈਆਂ ਦੁੱਠੇ ਨੌ ਨਿਦ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡਿਆਈਆਂ ਇਸ ਵਿੱਚ ਵੱਡੀਆਂ ਵੱਡਿਆਈਆਂ ਜਿਸ ਵਿੱਚ ਵੱਡੀਆਂ ਵੱਡਿਆਈਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ 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 ਵੱਡਾ ਸਾਹਿਬ ਹੈ ਵੱਡਾ ਸਾਹਿਬ ਹੈ ਵੱਡਾ ਸਾਹਿਬ ਹੈ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਵੱਡਾ ਸਾਹਿਬ ਹੈ ਵੱਡਾ
साहेब है, वड्डा साहेब है, वड्डा साहेब है, वड्डा साहेब है। आप अलख अबारा वड्डा साहेब है, आप अलख अबारा वड्डा साहेब। ਕਰਮਾਂ ਵਾਲੇ ਜਿਸ ਗੁਰੂ ਦੇ ਲੜ ਮੇਰੇ ਬਾਜਾਂ ਵਾਲੇ ਨੇ ਸਾਨੂੰ ਲਾਇਆ। ਰਿਪੀਟ ਘਟਾ ਦਿਓ ਥੋੜੀ ਜਿਹੀ। ਗੁਰਗੱਦੀ ਜਦੋਂ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਦੇਹ ਪ੍ਰਥਾ ਖਤਮ। ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ਼ਬਦ ਸ਼ਬਦ ਤੁਹਾਡੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਬੇਨਤੀ ਕਰਦੇ ਹਾਂ ਸਤਸੰਗ ਜੀਓ, ਜਿਸ ਗੁਰੂ ਦੇ ਲੜ ਸਤਿਗੁਰਾਂ ਨੇ ਸਾਨੂੰ ਲਾਇਆ, ਆਪਣੀ ਨਿਗਾਹ 'ਚ ਇੰਨੀ ਉੱਚੀ ਭਾਵਨਾ ਰੱਖਿਓ, ਇੰਨੀ ਉੱਚੀ ਭਾਵਨਾ ਰੱਖਿਓ। ਇਹ ਬੋਲ ਜਿਹੜੇ ਸਾਹਮਣੇ ਆਏ ਨੇ, ਸਤਿਗੁਰ ਵੱਡਾ ਕਰ ਸਲਾਹੀ ਹੈ, ਵੱਡਾ ਵੱਡਾ ਕਰ ਸਲਾਹੀ ਹੈ। ਬਾਬਾ ਆਨੰਦ ਸਿੰਘ ਜੀ ਦਾ ਬਚਨ ਮੈਨੂੰ ਚੇਤੇ ਆ ਗਿਆ, ਕਹਿੰਦੇ ਸਨ ਕਹਿੰਦੇ ਜਿੰਨਾ ਵੱਡਾ ਕਰਕੇ ਆਪਣੇ ਗੁਰੂ ਨੂੰ ਸਲਾਏਗਾ ਓਨੀਆਂ ਵੱਡੀਆਂ ਦਾਤਾਂ ਝੋਲੀ 'ਚ ਪਵਾ ਕੇ ਲੈ ਕੇ ਜਾਏਗਾ। ਆਖੋ ਸਤਨਾਮ ਵਾਹਿਗੁਰੂ। ਓਨੀਆਂ ਵੱਡੀਆਂ ਆਪਣੇ ਸਾਹਿਬ ਦੀ ਵਡਿਆਈ ਕਰਨ ਲੱਗੋ ਤਾਂ ਫਿਰ ਸਾਧ ਸੰਗਤ ਸਿਰਾ ਲਾ ਦਿਓ, ਇੱਕ ਠੋਕ ਕੇ ਕਹੋ ਸਾਧ ਸੰਗਤ, ਕਹੋ ਨਾਨ ਜਨ ਨਾਨਕ ਗੁਰ ਪੂਰਾ ਪਾਇਆ, ਗੁਰਪੂਰਾ। ਬੜੀ ਤਾਕਤ ਹੈ ਬਾਣੀ ਦੇ ਵਿੱਚ, ਬੜੀ ਤਾਕਤ ਹੈ ਸ਼ਬਦ ਦੇ ਵਿੱਚ। ਕਈ ਤਾਂ ਸਾਧ ਸੰਗਤ ਜਮਾਨੀ ਕਲਾਮੀ ਗੱਲ ਹੁੰਦੀ ਨਾ, ਨਹੀਂ ਨਹੀਂ, ਅਣਗਿਣਤ ਐਗਜ਼ਾਮਪਲਸ ਦਾਸ ਦੇ ਕੋਲ ਨੇ, ਅਣਗਿਣਤ, ਕਿ ਬਾਣੀ ਕਿੱਦਾਂ ਵਰਤੀ ਆ। ਆਖੋ ਸਤਨਾਮ। ਬਾਣੀ ਕਿੱਦਾਂ ਵਰਤੀ, ਗੁਰੂ ਕਿੱਦਾਂ ਵਰਤੇ ਨੇ। ਪਰ ਇੱਕ ਬੇਨਤੀ ਹੈ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਅਸਮਾਣੇ ਤੋਂ ਰੇਨੂ ਭੈਣ ਜੀ ਬੱਸ ਲੈ ਕੇ ਆਏ, ਦਾਸ ਦੱਸਦਾ ਪਿਆ ਸੀ ਗੁਰਮੁਖਾਂ ਨੂੰ, ਬਾਣੀ ਦਾ ਸਹਾਰਾ ਲਿਆ, ਅੱਠ ਅੱਠ ਦਸ ਦਸ ਘੰਟੇ ਬੈਠੇ ਨੇ। ਪੁੱਛ ਲਿਓ ਸਮਾਣੇ ਦੀ ਜਿਹੜੀ ਸੰਗਤਾਂ ਆਈਆਂ ਸਭ ਨੂੰ ਪਤਾ, ਫੇਫੜਿਆਂ 'ਚ ਇਹਨਾਂ ਦੇ ਹਸਬੈਂਡ ਦੇ ਫੇਫੜਿਆਂ 'ਚ ਇਕੱਠ ਹੋ ਗਏ, ਫਿਰ ਗਾਂਹ ਫੈਲਦਾ ਕਹਿੰਦੇ ਕੰਮ ਕੈਂਸਰ ਤੱਕ ਪਹੁੰਚ ਗਏ। ਤੇ ਕਹਿੰਦੇ ਬੜੀਆਂ ਮੈਂ ਗਾਥਾਵਾਂ ਸੁਣੀਆਂ ਕਿ ਹੇ ਗੁਰੂ ਨਾਨਕ ਸਾਹਿਬ ਤੁਹਾਡੀ ਬਾਣੀ ਦਾ ਆਸਰਾ ਉਹਨੇ ਤੱਕਿਆ ਉਹਦੇ ਨਾਲ ਤੁਸੀਂ ਵਰਤੇ, ਉਹਨੇ ਆਸਰਾ ਤੱਕਿਆ ਉਹਦੇ ਨਾਲ ਵਰਤੇ, ਉਹਨੇ ਆਸਰਾ ਤੱਕਿਆ ਉਹਨੇ ਉਹਦੇ ਨਾਲ ਤੁਸੀਂ ਵਰਤੇ। ਪਾਤਸ਼ਾਹ ਅੱਜ ਮੈਂ ਵੀ ਤੁਹਾਡੀ ਬਾਣੀ ਦਾ ਆਸਰਾ ਤੱਕਣ ਲੱਗੀ ਹਾਂ। ਆਖੋ ਸਤਨਾਮ। ਡਾਢਾ ਨੇਮ ਔਰ ਸ਼ਰਧਾ 'ਚ ਬਹਿ ਗਏ, ਸ਼ਰਧਾ। ਇੱਕ ਬੇਨਤੀ ਮੈਂ ਕਰਦਿਆਂ, ਸਾਧ ਸੰਗਤ ਮਹਾਰਾਜ ਨੇ ਇੱਕ ਜੁਗਤ ਦੱਸੀ ਹੈ, ਅਸੀਂ ਮਹਾਤਮਾ ਕੋਲੋਂ ਸਾਧੂਆਂ ਕੋਲੋਂ ਗੁਰਮੁਖਾਂ ਕੋਲੋਂ ਜੁਗਤਾਂ ਪੁੱਛਦੇ ਹਾਂ, ਸਤਿਗੁਰੂ ਜੀ ਨੇ ਇੱਕ ਜੁਗਤ ਦੱਸੀ ਹੈ, ਉਸ ਜੁਗਤ ਦੇ ਨਾਲ ਤੁਸੀਂ ਕਦੇ ਖਾਲੀ ਜਾ ਹੀ ਨਹੀਂ ਸਕਦੇ, ਖਾਲੀ ਜਾ ਹੀ ਨਹੀਂ ਸਕਦੇ। 100% ਛੱਡੋ ਜੀ, 110% ਗਰੰਟੀ, ਕਿਉਂ ਮੇਰੇ ਸਾਹਿਬ ਜੁਗਤ ਦੱਸ ਰਹੇ। ਉਹ ਜੁਗਤ ਪਤਾ ਕੀ ਕਹਿੰਦੇ, ਪਾਵੋ ਦਾਨ ਢੀਠ ਹੋਏ ਮੰਗੋ। ਆਖੋ ਸਤਨਾਮ। ਆ ਜੁਗਤ ਪਹਿਲਾ ਲਫ਼ਜ਼ ਕੀ ਵਰਤਿਆ ਮਹਾਰਾਜ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਹੈ, ਕਹਿੰਦੇ ਪਾਵੋ ਦਾਨ ਮਿਲ ਜਾਏਗਾ, ਜੋ ਮੰਗਦਾ ਹੈ ਮਿਲ ਜਾਏਗਾ, ਪਾਵੋ ਦਾਨ, ਪਰ ਢੀਠ ਹੋਏ ਮੰਗੋ। ਕਰਮਾਂ 'ਚ ਨਹੀਂ ਸੀ ਮਾਂ ਸੁਲੱਖਣੀ ਦੇ, ਸੀ ਕਰਮਾਂ 'ਚ ਨਹੀਂ ਪੁੱਤਰ ਦੀ ਦਾਤ,
ਲਿਖੇ ਹੀ ਨਹੀਂ, ਕਰਮਾਂ ਦੇ ਵਿੱਚ ਲਿਖਤ ਲਿਖੀ ਨਹੀਂ। ਮਾੜਾ ਜਿਹਾ ਦੇਖਿਓ, ਉਹ ਇੱਥੇ ਬੈਠਾ ਬੈਠੇ ਬਿਠਾਏ ਸਾਨੂੰ ਕੈਨੇਡਾ ਭੇਜਦੇ ਪਏ ਨੇ ਪਿੱਛੇ। ਗੁਰੂ ਦੀ ਕਿਰਪਾ ਸਾਧ ਸੰਗਤ ਜੀ, ਤੁਸੀਂ ਇਹ ਦੇਖੋ ਮਾਂ ਸੁਲੱਖਣੀ ਦਾ ਅਕੀਦਾ ਕਿੰਨਾ ਬਲਵਾਨ ਹੋਏਗਾ, ਮਾਂ ਸੁਲੱਖਣੀ ਦਾ ਵਿਸ਼ਵਾਸ ਭਰੋਸਾ ਕਿੰਨਾ ਬਲਵਾਨ ਹੋਏਗਾ। ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿਤਾ, ਸੁਲੱਖਣੀ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ, ਆਖੋ ਸਤਨਾਮ। ਕਿਉਂਕਿ ਗੁਰੂ ਨੇ ਝੂਠ ਬੋਲਿਆ, ਗੁਰੂ ਤਤਕਾਲ ਸੱਤ ਕਹਿੰਦੇ ਨੇ ਤੇਰੇ ਆ ਕਰਮਾਂ ਚ ਪੁੱਤਰ ਲਿਖਿਆ ਹੀ ਨਹੀਂ, ਕਿੱਥੋਂ ਦੇ ਤੇ ਫਿਰ ਸੱਤ ਸੱਤ ਪੁੱਤਰ ਕਿੱਥੋਂ ਦੇ, ਜੇ ਕਰਮਾਂ ਚ ਨਹੀਂ ਤੇ ਕਿੱਥੋਂ ਦੇ ਤੇ। ਇੱਕ ਵਾਰੀ ਨਾ ਕਰਦੀ, ਦੋ ਵਾਰੀ ਨਾ ਕਰਦੀ ਤੇ ਸਾਡੇ ਵਰਗੀ ਨੀ ਮਾਤਾ ਸੁਲੱਖਣੀ ਕਿ ਲੈ ਜੀ ਨਾ ਹੋ ਗਈ, ਚੱਲ ਹੁਣ ਚਲੀਏ ਦੂਜਾ ਦਰ, ਤੀਜਾ ਦਰ, ਚੌਥਾ ਦਰ। ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੂ, ਸੋ ਤੁਮ ਤੇ ਬਹਿਓ ਇੱਥੇ। ਔਰ ਇਹ ਕਹੋ, ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਦੇਗਾ ਦੇਗਾ ਤਾਂ ਉੱਠਾਂਗਾ ਦੇਗਾ ਤਾਂ, ਇਹ ਇਹ ਪੜ੍ਹਾਈ ਨਹੀਂ, ਦੇਗਾ ਤਾਂ ਉੱਠਾਂਗਾ ਦੇਗਾ ਤਾਂ ਨਾ ਬੋਲੋਗੇ, ਬੋਲੋ ਨਹੀਂ ਵੀ ਦੇਗਾ ਤਾਂ ਵੀ ਇੱਥੇ ਹੀ ਬੈਠਾ ਵਾ, ਆਖੋ ਸਤਨਾਮ। ਨਹੀਂ ਦੇਗਾ ਤਾਂ ਵੀ ਇੱਥੇ ਬੈਠ, ਤੇਰੀ ਚੌਖਟ ਚ ਬੈਠਾ, ਦੇ ਕੇ ਤੋਰਨਾ ਪਏਗਾ, ਦੇ ਕੇ ਤੋਰਨਾ ਪਏਗਾ। ਆਉਂ ਹੱਥ ਜੋੜੇ ਮਾਂ ਸੁਲੱਖਣੀ ਨੇ, ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਸੁਲੱਖਣੀ ਤੈਨੂੰ ਕਹਿ ਤਾਂ ਦਿੱਤਾ ਤੇਰੇ ਕਰਮਾਂ ਚ ਨਹੀਂ, ਲੱਗ ਗਿਆ ਪਤਾ ਮਹਾਰਾਜ ਮੇਰੇ ਕਰਮਾਂ ਚ ਨਹੀਂ, ਫਿਰ ਰਾਹ ਕਿਉਂ ਰੋਕੇ ਆਈ ਜੀ। ਕਰਮਾਂ ਚ ਨਹੀਂ ਕੋਈ ਗੱਲ ਨੀ, ਪਰ ਬਖਸ਼ਿਸ਼ ਦੇ ਖਾਤੇ ਚੋਂ ਦੇ ਸਕਦੇ ਹੋ ਨਾ, ਬਖਸ਼ਿਸ਼ ਦੇ ਖਾਤੇ ਚੋਂ ਤਾਂ ਦੇ ਸਕਦੇ ਹੋ ਮਹਾਰਾਜ, ਬਖਸ਼ਿਸ਼ ਦੇ ਖਾਤੇ ਚੋਂ ਦੇ ਦਿਓ, ਆਖੋ ਸਤਨਾਮ। ਖਾਤਾ ਰੱਖਦੇ ਨੇ ਗੁਰੂ ਬਖਸ਼ਿਸ਼ ਦਾ, ਨਹੀਂ ਲਿਖਿਆ ਤੁਹਾਡੇ ਕਰਮਾਂ ਚ ਗੁਰੂ ਬਖਸ਼ਿਸ਼ ਦੇ ਖਾਤੇ ਚੋਂ ਦੇ ਸਕਦੇ, ਲਿਖਿਆ ਹੋਇਆ ਕੋਈ ਦੁੱਖ ਭੋਗਣਾ ਬਖਸ਼ਿਸ਼ ਦੇ ਖਾਤੇ ਚੋਂ ਮੇਟ ਸਕਦੇ ਨੇ, ਆਖੋ ਸਤਨਾਮ। ਮਾਲਕ ਨੇ, ਮਾਲਕ ਮਾਲਕ ਹੀ ਹੁੰਦਾ, ਕਰਤਾ ਕਰਤਾ ਹੀ ਹੁੰਦਾ ਸਾਧ ਸੰਗਤ ਜੀ। ਜੱਜ ਦੇ ਹੱਥ ਚ ਕਲਮ ਹੈ, ਉਹ ਜੋ ਮਰਜ਼ੀ ਲਿਖ ਦੇ, ਬਰੀ ਕਰਨਾ ਬਰੀ ਕਰਨਾ, ਸਜ਼ਾ ਦੇਣੀ ਉਹਦੇ ਹੱਥ ਚ, ਉਹਦੇ ਉੱਪਰ ਕੋਈ ਦਬਾਅ ਨਹੀਂ, ਉਹ ਮਾਲਕ ਹੈ ਉਸ ਵੇਲੇ, ਮਾਲਕ ਹੈ ਕਲਮ ਉਹਦੇ ਹੱਥ ਚ ਹੈ। ਤੇ ਮੇਰੇ ਗੁਰੂ ਨਾਨਕ ਤਾਂ ਹਰ ਵੇਲੇ ਮਾਲਕ ਨੇ, ਆਖੋ ਸਤਨਾਮ। ਜੱਜ ਦੀ ਤਾਂ ਪਤਾ ਨਹੀਂ ਕੁਰਸੀ ਤੇ ਚੱਲਦੀ ਹੋਏਗੀ ਤੇ ਘਰ ਆ ਕੇ ਚੱਲੇ ਨਾ ਚੱਲੇ, ਸੰਗਤ ਚੱਲਦੀ ਆ, ਆਖੋ ਸਤਨਾਮ। ਕੋਈ ਟਹਿ ਤਾਂ ਪਵੇ, ਟਹਿ ਤਾਂ ਪਵੇ ਕਰਮਾਂ ਵਾਲਿਓ। ਆ ਹੱਥ ਬਣ ਬੇਨਤੀ ਕਰਨ ਲੱਗਾ ਦਾਸ ਤੁਹਾਡੇ ਚਰਨਾਂ ਦੇ ਵਿੱਚ, ਜਿਸ ਸਾਹਿਬ ਦੇ ਨਾਲ ਜੁੜੇ ਹੋ ਵੱਡੀ ਭਾਵਨਾ ਰੱਖਿਓ, ਵੱਡੀ ਵੱਡੀ ਭਾਵਨਾ ਰੱਖਿਓ, ਵੱਡੀ ਭਾਵਨਾ ਵਾਲੇ ਵੱਡੀਆਂ ਦਾਤਾਂ ਲੈ ਕੇ ਜਾਂਦੇ ਨੇ, ਵੱਡੀਆਂ ਮਿਹਰਾਂ ਲੈ ਕੇ ਜਾਂਦੇ ਨੇ, ਵੱਡੀਆਂ ਬਖਸ਼ਿਸ਼ਾਂ ਲੈ ਕੇ ਜਾਂਦੇ ਨੇ, ਆਖੋ ਸਤਨਾਮ। ਤੇ ਮੇਰੇ ਸਾਹਿਬ ਕੀ ਕਹਿੰਦੇ ਨੇ ਆ ਸੁਣੋ, ਵੱਡਾ ਸਾਹਿਬ ਹੈ, ਵੱਡਾ ਸਾਹਿਬ ਹੈ, ਵੱਡਾ ਸਾਹਿਬ ਹੈ, ਵੱਡਾ ਸਾਹਿਬ ਹੈ, ਆਪ ਅਲਖ ਅਪਾਰਾ ਵੱਡਾ ਸਾਹਿਬ ਹੈ ਜੀ, ਆਪ ਅਲਖ ਅਪਾਰਾ ਵੱਡਾ ਸਾਹਿਬ ਹੈ। ਵਾਹਿਗੁਰੂ 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 ਵਾਹਿਗੁਰੂ। ਵੱਡਾ ਸਾਹਿਬ ਉੱਚਾ ਥਾਂ, ਵੱਡਾ ਸਾਹਿਬ ਉੱਚਾ ਥਾਂ,
वड्डा साहेब ऊंचा थाओ वड्डा साहेब ऊंचा थाओ तन श्री गुरु ग्रंथ साहेब जी तन श्री गुरु ग्रंथ साहेब तन श्री गुरु ग्रंथ साहेब जी तन श्री गुरु ग्रंथ साहेब जी वड्डा साहेब ऊंचा थाओ वड्डा साहेब ऊंचा थाओ ऊंचे ऊपर ऊंचा नाओ ऊंचे ऊपर ऊंचा नाओ एवड ऊंचा होवे कोई एवड ऊंचा होवे कोई तिस ऊंचे को जाने सोए सोचे को जाने सोए तिस ऊंचे को जाने सोए वड्डा साहेब है वड्डा साहेब है बोलो वड्डा साहेब है वड्डा साहेब है आप अलख अपारा वड्डा साहेब है लिखे अपारा वड्डा साहिब है वड्डा तुसी सहज पाठ जो करोगे ना महाराज दे आरंभ दे विच सात संगत गुरु ग्रंथ साहब महाराज दे आरंभ दे विच पांच अक्षर लिखे हुए पांच शब्द और पांच शब्द सात संगत जेडे लिखे ने अपने आप दे विच बहुत गुजा भेद लेके बैठे पता केड़े पांच शब्द लिखे श्री गुरु ग्रंथ साहेब वाहिगुरु आद बख्श लेना जी आद श्री गुरु ग्रंथ ਇਹ ਪੰਜ ਬੋਲ ਇਹ ਪੰਜ ਸ਼ਬਦ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਪਰ ਲਿਖਵਾਏ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਰ ਇੱਕ ਸ਼ਬਦ ਸਾਧ ਸੰਗਤ ਆਪਣੀ ਵਿਆਖਿਆ ਪਿਆ ਕਰਦਾ ਸਾਨੂੰ ਪਤਾ ਹੋਵੇ ਆਪਾਂ ਖਾਲੀ ਪੜ ਜਾਂਦੇ ਹਾਂ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਤਾ ਹੋਵੇ ਆਦ ਮਹਾਰਾਜ ਜੀ ਨੇ ਕਿਉਂ ਲਾਇਆ श्री हुण आदि गुरु ग्रंथ साहब महाराज जी भी कह सकते श्री क्यों गुरु पदवी ग्रंथ ग्रंथ का भाव साहेब सतगुर सिर ते हाथ रखण सतसंग सेवा लै आदि आदि का मतलब है जी पहला पहला हुण पुछिया कहिंदे जी धन गुरु ग्रंथ साहब महाराज जी तो पहले बड़े ग्रंथ सी बड़े ग्रंथ कई वेद सिमरतियां शास्त्र तुरेत जंबूर बाइबल कुरान शरीफ किन्ने ग्रंथ ते महाराज फिर एक पहला ग्रंथ की होया ए पहला ग्रंथ पातशाह साहब कहण लगे कहिंदे इह पहला ग्रंथ जिन्हें भी ग्रंथ होए ने जिन्हें भी ग्रंथ लिखे गए उन्हां दे रचनहार जिहड़े ने उन्हां दे रचनहार दे समान तो कई कई साल सौ साल बाद लिखे गए ने आखो सतनाम रचनहार दी मौजूदगी दे विच नहीं लिखे गए ਇਹ ਪਹਿਲਾ ਗ੍ਰੰਥ ਹੈ ਜਿਹੜਾ ਰਚਨਹਾਰ ਦੀ ਮੌਜੂਦਗੀ ਦੇ ਵਿੱਚ ਲਿਖਿਆ ਗਿਆ ਆਖੋ ਸਤਨਾਮ ਵਾਹਿਗੁਰੂ ਰਚਨਹਾਰ ਸਤਿ ਸ੍ਰੀ ਅਕਾਲ ਰਚਨਹਾਰ ਦੀ ਮੌਜੂਦਗੀ ਫਿਰ ਕਹਿਣ ਲੱਗੇ ਇਹ ਪਹਿਲਾ ਗ੍ਰੰਥ ਹੈ ਕਿ ਜਿਹਦੀ ਰਚਨਾ ਹੈ ਰਚਨਹਾਰ ਨੇ ਆਪ ਉਹਨੂੰ ਮੱਥਾ ਟੇਕਿਆ ਹੋਵੇ ਆਪਣੀ ਰਚਨਾ ਨੂੰ ਆਖੋ ਸਤਨਾਮ ਬਾਕੀ ਸਤਿ ਸ੍ਰੀ ਅਕਾਲ ਬਾਕੀ ਕਿਸੇ ਵੀ ਰਚਨਹਾਰ ਨੇ ਆਪਣੀ ਰਚਨਾ ਨੂੰ ਮੱਥਾ
नहीं टेकिया आखो सतना मथा नहीं टेक। ये पहला ग्रंथ है आद, ये पहला ग्रंथ है जेड़ा रचनहार दी मौजूदगी दे विच रचिया गया। ते पहला ग्रंथ है जिन्हों उदे रचनहार ने मथा टेकिया होवे आखो सतना। केंदे फिर सात संगत तुसी हुण गौर करियो, तुसी कोई ग्रंथ ले लो, सारे ग्रंथ मुबारक ने, पर कोई भी ग्रंथ लोगे एक कम्युनिटी, एक कम्युनिटी सत्संग कम्युनिटी उन्हें पढ़ती है। अगर गीता लोगे एक कम्युनिटी पढ़ रही, कुरान शरीफ लोगे एक कम्युनिटी पढ़ती, बाइबल लोगे एक कम्युनिटी पढ़ती। एक पहला ग्रंथ है सत्संग जीओ जेड़ा हर कम्युनिटी पढ़ती भी ते मनती भी। आखो सतनाम सत श्री अकाल। एक पहला ग्रंथ है, हर कम्युनिटी पढ़ती है, सुनती है, सत्कार पई करती है, ते धन गुरु ग्रंथ साहब महाराज नु मनती भी। आखो सतनाम। एक पहला ग्रंथ ऐसा है जिदा सब तो ज्यादा सत्कार है, सब तो ज्यादा सत्कार। फिरोजपुर छावनी दे विच ध्यान नाल सुनियो जी, अंग्रेजां दा समां सी, फिरोजपुर छावनी करनल गलासी उदी उदी पोस्टिंग सी जी उत्थे करनल गलासी, जो जिक्र दे विच सत्संग लिखिया होया। करनल गलासी दे कोल कुछ मौलवी आ गए, कुछ पंडित जन आ गए। उन्होंने करनल गलासी नूं बेनती लाई, कहिंदे जी तुहाडी अंग्रेज सरकार दे नाल सानूं शिकायत है। करनल गलासी कहण लगे, कहिंदे दसो की शिकायत है, की शिकायत? कहिंदे जी जो सत्कार तुसीं धन गुरु ग्रंथ साहिब महाराज दा करदे, तुसीं अंग्रेज तुसीं जो धन गुरु ग्रंथ साहिब महाराज दा करदे हो या आम सत्कार हुंदा, कहिंदे ओह साडे ग्रंथां दा क्यों नहीं? कहिंदे जदों धन गुरु ग्रंथ साहिब महाराज, गुरु ग्रंथ साहिब महाराज जी एक थां तों दूजी थां ते लै के जाणे हुंदे, कहिंदे तुसीं एक प्रॉपर बोगी देंदे हो, बोगी दी सफाई करा के देंदे हो, एडा सत्कार साडे ग्रंथां दा क्यों नहीं? ते करनल गलासी समझ गया बोलदे कित्थों पए ने, आखो सतनाम। भई ईरखा च बोलदे, ईरखा च कहिंदे चलो इदां सवेरे 10 बजे तुसीं अपना अपना ग्रंथ लै के आओ, भाई मौलवी जी तुसीं अपना ग्रंथ ले आए हो, पंडित जी तुसीं अपना ग्रंथ ले आए हो। कहिंदे 7 बजे सवेरे तुहानूं इस गल दा जवाब दिया, पर ग्रंथ अपना नाल लै के जी। लो जी मौलवी साहब भी आ गए, पंडित साहब भी आ गए, वो पंडित जी भी आ गए, मौलवी जी भी आ गए। एक ने अपना ग्रंथ कढ़िया कच्छा चो, कच्छा विचों ग्रंथ कढ़ के सामने रखता। आ लो जी, एक ने झोले चो ग्रंथ कढ़िया, थैले चो ग्रंथ कढ़िया, कहिंदे आ लो जी साडे ग्रंथ आ गए। कहिंदे हुण 2 मिंट बह जाओ इत्थे बैठो। थोड़ी देर लंघी ते बाहर बैंड बाजे वजदे पए, बैंड बाजे, ते अपने अर्दली नूं बुलाया, कहिंदे इधर आ, ये बैंड बाजे क्यों वजदे पए ने भाई? कहिंदा जी तुसी जिवें इन्हां नूं कहा सी अपना अपना ग्रंथ लियाओ, ते तुसी सिखां नूं भी बुलाया? कहिंदे हां जी बुलाया। कहिंदे जी ओह भी अपने ग्रंथ साहिब लै के आए ने, पर ओह इदां नहीं लै के आए, बैंड बाजियां दे नाल लै के आए ने। आखो सतनाम। बैंड बाजियां सत श्री अकाल। करनल गलासी नूं सब चीज पता सी, पर अर्दली कोलों बुलवा रहा। कहिंदे फिर, कहिंदे जी कल जदों मैं तुसी इन्हां नूं कहता, हुण तुसी कहता जाओ सिखां नूं भी कह दिओ अपना ग्रंथ साहिब लै के। ते कहिंदे साहब, करनल साहब जदों मैं उन्हां नूं कहा, कहिंदे भाई साडे ग्रंथ ग्रंथ नहीं, साडे ग्रंथ गुरु ने, साडे ग्रंथ गुरु ने, ਉਹ ਇਦਾਂ ਨਹੀਂ ਆਂਦੇ। ਜਿਸ ਕਮਰੇ 'ਚ ਮਹਾਰਾਜ ਨੂੰ ਬਿਰਾਜਮਾਨ ਕਰਾਉਣਾ ਪਹਿਲੇ ਕਮਰਾ ਧੋਵੋ, ਪਹਿਲੇ ਕਮਰਾ ਧੋਵੋ, ਧੋ ਕੇ ਸੁੱਚਾ ਕਰਕੇ ਚੰਦੋਆ ਸਾਹਿਬ ਲਾਓ। ਮਹਾਰਾਜੇ ਨੇ ਚੰਦੋਆ ਮਹਾਰਾਜਿਆਂ ਦੇ ਉੱਪਰ ਲੱਗਿਆ ਕਰਦਾ, ਜਿਹੜੀ ਚੋਰ ਹੁੰਦੀ ਨਾ
ਉਹ ਸ਼ਹਿਨਸ਼ਾਹਾਂ ਤੇ ਹੋਇਆ ਕਰਦੀ ਸੀ। ਕਹਿੰਦੇ ਇਦਾਂ ਨਹੀਂ ਆਣਗੇ ਮਹਾਰਾਜ ਸਾਡੇ, ਤੁਸੀਂ ਕਿਹਾ ਗ੍ਰੰਥ ਚੁੱਕ ਕੇ ਲਿਆਓ, ਇਦਾਂ ਥੋੜੀ ਨਾ। ਪਹਿਲੇ ਕਮਰਾ ਧੋਵੋ, ਸੁੱਚਾ ਕਰੋ ਕਮਰਾ ਜਿੱਥੇ ਮਹਾਰਾਜ ਨੇ ਬਹਿਣਾ ਬਿਰਾਜਮਾਨ ਹੋਣਾ। ਚੰਦੋਆ ਸਾਹਿਬ ਬੰਨੋ, ਪੀੜਾ ਸਾਹਿਬ ਸਜਾਓ, ਤਖਤ ਸਜਾਓ ਮਹਾਰਾਜ ਦਾ, ਤਖਤ ਨਸ਼ੀਨ ਹੋਣਗੇ ਉਹ, ਸੁੰਦਰ ਬਸਤਰ ਲਾਏ ਗਏ। ਕਹਿੰਦੇ ਮਹਾਰਾਜ ਰਾਤ ਨੂੰ ਹੀ ਤਿਆਰੀ ਹੋ ਗਈ ਸੀ। ਕਹਿੰਦੇ ਫਿਰ, ਕਹਿੰਦੇ ਹੁਣ ਸ਼ਾਨੋ ਸ਼ੌਕਤ ਦੇ ਨਾਲ ਬੈਂਡ ਬਾਜੀਆਂ ਦੇ ਨਾਲ ਲੈ ਕੇ ਆ ਰਹੇ ਨੇ ਤੇ ਉਹ ਦੂਜੇ ਕਮਰੇ ਚ ਬਿਰਾਜਮਾਨ ਕਰਾਉਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਪੰਡਿਤ ਜੀ ਆ ਫਰਕ ਜੇ, ਮੌਲਵੀ ਜੀ ਆ ਫਰਕ ਜੇ, ਤੁਸੀਂ ਕਹਿੰਦੇ ਹੋ ਕਿ ਸਾਡੇ ਗ੍ਰੰਥਾਂ ਦਾ ਸਤਿਕਾਰ ਕਿਉਂ ਨਹੀਂ ਤੇ ਤੁਸੀਂ ਇਹਨਾਂ ਦੇ ਗ੍ਰੰਥਾਂ ਦਾ ਸਤਿਕਾਰ ਕਿਉਂ ਕਰਦੇ ਹੋ? ਕਹਿੰਦੇ ਅਸੀਂ ਨਹੀਂ ਕਰਦੇ, ਇਹ ਕਹਿ ਕੇ ਕਰਵਾਉਂਦੇ ਨੇ ਆਪਣੇ ਗੁਰੂ ਦਾ ਸਤਿਕਾਰ, ਇਹ ਕਹਿ ਕੇ ਕਰਵਾਉਂਦੇ ਨੇ ਆਪਣੇ ਗੁਰੂ ਦਾ ਸਤਿਕਾਰ। ਜਦੋਂ ਇੱਕ ਥਾਂ ਤੋਂ ਦੂਜੀ ਥਾਂ ਇਹਨਾਂ ਦੇ ਸਤਿਗੁਰੂ ਨੇ ਜਾਣਾ ਹੁੰਦਾ, ਹੁਣ ਉਹਨਾਂ ਨੇ ਇਹ ਨਹੀਂ ਕਿਹਾ ਗ੍ਰੰਥ ਨਾ, ਸਤਿਗੁਰੂ ਨੇ ਜਾਣਾ ਹੁੰਦਾ, ਪੂਰੀ ਬੋਗੀ ਧੋਂਦੇ ਨੇ ਇਹ ਫੌਜੀ, ਪੂਰੀ ਬੋਗੀ ਧੋਂਦੇ ਨੇ, ਫੁੱਲਾਂ ਦੇ ਨਾਲ ਸਜਾਉਂਦੇ ਨੇ। ਕਹਿੰਦੇ ਅਸੀਂ ਤਾਂ ਖਾਲੀ ਪਰਮਿਸ਼ਨ ਦਿੰਦੇ ਹਾਂ, ਬਸ ਤੁਸੀਂ ਜੋ ਕਰਨਾ ਕਰ ਲਓ। ਕਹਿੰਦੇ ਤੁਹਾਡੇ ਅੰਦਰ ਭਾਵਨਾ ਹੈ, ਇਹ ਪਹਿਲਾ ਗ੍ਰੰਥ ਜਿਹਦਾ ਇੰਨਾ ਸਤਿਕਾਰ ਹੈ। ਆਖੋ ਸਤਨਾਮ ਵਾਹਿਗੁਰੂ। ਮੁਬਾਰਕ ਸਾਰੇ ਗ੍ਰੰਥ ਸਾਧ ਸੰਗਤ ਜੀ, ਪਰ ਪਹਿਲਾ ਗ੍ਰੰਥ ਜਿਹੜਾ ਰਚਨਹਾਰ ਦੀ ਮੌਜੂਦਗੀ ਦੇ ਵਿੱਚ ਰਚਿਆ ਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮੌਜੂਦਗੀ ਚ, ਜਿਹਨੂੰ ਰਚਨਹਾਰ ਨੇ ਆਪ ਮੱਥਾ ਟੇਕਿਆ। ਜਦੋਂ ਬਾਬਾ ਬੁੱਢਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਉਦੋਂ ਹਾਲੇ ਗੁਰੂ ਪਦਵੀ ਨਹੀਂ ਮਿਲੀ, ਪਰ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲਾਂਗਾ ਜੀ, ਮੈਨੂੰ ਬਖਸ਼ ਲੈਣਾ। ਉਦੋਂ ਪੋਥੀ ਸਾਹਿਬ ਕਿਹਾ ਜਾਂਦਾ ਸੀ, ਸੈਂਚੀ ਸਾਹਿਬ ਵੀ ਕਿਹਾ ਜਾਂਦਾ ਸੀ, ਹੋਰ ਕੁਝ ਐਸੇ ਸ਼ਬਦ ਕਹੇ ਜਾਂਦੇ ਸਨ। ਹਾਲੇ ਗੁਰੂ ਪਦਵੀ ਨਹੀਂ ਮਿਲੀ ਸੀ, ਗੁਰੂ ਪਦਵੀ ਨਾ ਦੇਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ, ਪਰ ਮੇਰੇ ਮੁੱਖ ਤੋਂ ਮੈਨੂੰ ਬਖਸ਼ ਲੈਣਾ ਜੀ। ਕਿਉਂਕਿ ਕਈ ਬੰਦੇ ਫਿਰ ਕਹਿ ਦਿੰਦੇ ਜੀ ਉਦੋਂ ਗੁਰੂ ਪਦਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਵੇਂ ਕਹਿ ਦਿੱਤੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਿਰਾਜਮਾਨ ਕਰਕੇ ਜਦੋਂ ਬਾਬਾ ਬੁੱਢਾ ਜੀ ਕੋਠਾ ਸਾਹਿਬ ਆਏ, ਤੁਹਾਨੂੰ ਸਭ ਪਤਾ, ਬਸ ਖਾਲੀ ਮੈਂ ਇਸ਼ਾਰਾ ਦੇਣ ਲੱਗਾ। ਸਤਸੰਗ ਜੀ, ਉਹ ਪਾਤਸ਼ਾਹ ਕਿੱਥੇ ਬਿਰਾਜਮਾਨ ਕਰਾਉਣੇ ਜੀ? ਸਾਡੇ ਪਲੰਘੇ ਤੇ ਕਰਾਓ ਬਾਬਾ ਬੁੱਢਾ ਜੀ, ਜੀ ਸਤ ਵਚਨ, ਪਲੰਘੇ ਤੇ ਬਿਰਾਜਮਾਨ ਕਰਾ ਲੇ। ਸਿੱਖਾਂ ਨੂੰ ਆਵਾਜ਼ ਮਾਰੀ ਬਾਬਾ ਬੁੱਢਾ ਜੀ ਨੇ, ਕਹਿੰਦੇ ਸਿੱਖੋ ਇੱਕ ਪਲੰਘਾ ਹੋਰ ਲੈ ਕੇ ਆਓ ਸਤਿਗੁਰਾਂ ਵਾਸਤੇ, ਇੱਕ ਪਲੰਘਾ ਹੋਰ ਲੈ ਕੇ ਆਓ ਸਤਿਗੁਰਾਂ ਵਾਸਤੇ। ਸਤਿਗੁਰ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਜੀ, ਨਹੀਂ ਸਾਡੇ ਲਈ ਪਲੰਘਾ ਨਹੀਂ। ਕਹਿੰਦੇ ਮਹਾਰਾਜ ਆਪ ਜੀਆਂ ਦਾ ਪਲੰਘਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਫਿਰ ਕਹਿ ਰਿਹਾ ਜੀ, ਮੇਰੇ ਕੋਲ ਨਹੀਂ ਇੱਦਾਂ ਬੋਲਿਆ ਜਾਣਾ ਗ੍ਰੰਥ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਹਾ ਜਾਣਾ ਤੇ ਮੈਨੂੰ ਬਖਸ਼ ਲਿਓ। ਕਹਿੰਦੇ ਜੀ ਆਪ ਜੀ ਦਾ ਪਲੰਘਾ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਕਹਿੰਦੇ ਹਾਂ ਬਾਬਾ ਬੁੱਢਾ ਜੀ, ਮਾਲਕ ਉੱਪਰ ਸੋਭਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਪਿਤਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ। ਕਹਿੰਦੇ ਸਤਿਗੁਰੂ ਉੱਪਰ ਸੋਭਦੇ ਨੇ, ਅਸੀਂ ਮਾਲਕਾਂ ਦੇ ਚਰਨਾਂ 'ਚ ਪਵਾਂਗੇ। ਆਖੋ ਸਤਨਾਮ ਸ੍ਰੀ ਅਕਾਲ। ਇਹ ਪਹਿਲੇ ਗ੍ਰੰਥ ਨੇ ਜਿਨ੍ਹਾਂ ਦੇ ਰਚਨਹਾਰ ਨੇ ਸਤਿਕਾਰ ਕਰਨਾ ਸਿਖਾਇਆ। ਆਖੋ ਸਤਨਾਮ ਵਾਹਿਗੁਰੂ। ਸਤਿਕਾਰ ਕਰਨਾ ਸਿਖਾਇਆ। ਅਈ ਪੁੰਝੇ ਬਾਬਾ ਜੀ, ਸੋਭਦਾ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕਰੀਏ, ਸੋਭਦਾ ਨਹੀਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਰਾਬਰੀ ਕਰੀਏ, ਗੁਰੂ ਅਮਰਦਾਸ ਮਹਾਰਾਜ ਦੀ ਬਰਾਬਰੀ, ਗੁਰੂ ਰਾਮਦਾਸ ਮਹਾਰਾਜ ਦੀ ਬਰਾਬਰੀ ਕਰੀਏ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪਾਤਸ਼ਾਹ ਗੁਰੂ ਜੋਤ ਤਾਂ ਤੁਹਾਡੇ ਵਿੱਚ ਵੀ ਹੈ, ਤੁਸੀਂ ਹੀ ਗੁਰੂ ਨਾਨਕ, ਤੁਸੀਂ ਹੀ ਗੁਰੂ ਅੰਗਦ ਸਾਹਿਬ, ਤੁਸੀਂ ਹੀ ਗੁਰੂ ਅਮਰਦਾਸ, ਗੁਰੂ ਰਾਮਦਾਸ। ਠੀਕ ਹੈ ਬਾਬਾ ਬੁੱਢਾ ਜੀ, ਗੁਰੂ ਜੋਤ ਸਾਡੇ ਵਿੱਚ, ਗੁਰੂ ਕਵਾਨੇ ਆ, ਪਰ ਸਤਿਕਾਰ ਵੱਡਿਆਂ ਦਾ ਵੱਡਾ ਹੋਣਾ ਚਾਹੀਦਾ। ਆਖੋ ਸਤਨਾਮ, ਸਤਿਕਾਰ ਵੱਡਿਆਂ ਦਾ ਵੱਡਾ ਹੋਣਾ ਚਾਹੀਦਾ। ਅੱਜ ਵੀ ਕੋਠਾ ਸਾਹਿਬ ਜਾਓ, ਚੱਦਰ ਵਿੱਚ ਹੀ ਹੋਈ ਹੈ, ਭਾਵਨਾ ਇਹ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਸੱਚੇ ਪਾਤਸ਼ਾਹ ਜੀ ਪੁੰਜੇ ਬਿਰਾਜਮਾਨ। ਆਖੋ ਸਤਨਾਮ, ਇਹ ਪਹਿਲਾ ਗ੍ਰੰਥ। ਸਤਿ ਸ੍ਰੀ ਅਕਾਲ। ਇਹ ਪਹਿਲਾ ਗ੍ਰੰਥ ਸਾਧ ਸੰਗਤ ਜੀ, ਜਿਹਦੇ ਰਚਨਹਾਰ ਨੇ ਆਪ
अपनी रचना अगे मत्था टेकिया। ये पहला ग्रंथ जिदे रचनहार ने सत्कार करना सिखाया को सतनाम। ये पहला ग्रंथ जिदा दुनिया दे एडा सत्कार है। बोलांगे नहीं एक डागे बोलियो है सात संग जी मान ना बोलियो। वड्डा साहेब है, वड्डा साहेब है, बोल वड्डा साहेब है, वड्डा साहेब है, आप अलख अपारा वड्डा साहेब है, आप अलख अपारा वड्डा साहेब है, तू वड्डा तू ऊंचो ऊंचा ऊंचो ऊंचा, तू वड्डा तू ऊंचो ऊंचा ऊंचो ऊंचा, तू वड्डा तू ऊंचो ऊंचा ऊंचो ऊंचा, तू वड्डा तू ऊंचो मूचो मूचा, तू बेअंत अत मूचो मूचा, मूचा दा भाव भी वड्डा ही है। कहंदे तू बेअंत मेरे साहिब, तुसी बेअंत वड्डे तो वड्डे हो, आखो सतनाम। तू तू जी तू बेअंत अत मूचो मूचा मूचो मूचा, तू बेअंत ऊंचो ऊंचा ऊंचो ऊंचा, ओ तू वड़ा ऊंचो ऊंचा ऊंचो ऊंचा, तू वड़ा तू ऊंचो ऊंचा ऊंचो ऊंचा, तू वड़ा तू ऊंचो ऊंचा ऊंचो ऊंचा, तू ऊंचो आद, मतलब पहले पहले श्री श्री तो भाव सात संगत वड्डा वड्डा, आकार दे विच भी वड्डा ग्रंथ है। आखो सतनाम, 1430 अंग ने, भाषावां दे विच लैंग्वेजेस दे विच भी वड्डा ग्रंथ है। किसी ग्रंथ दे विच इन्ने लैंग्वेजेस नहीं, तकरीबन तकरीबन 89 लैंग्वेजेस ने जी, 99 लैंग्वेज, 89 भाषावां दा लैंग्वेजेस दा सात संगत जी इस्तेमाल कीता, बोलियां ने इन्नियां लैंग्वेजेस ने, बोलियां दे पक्ष तों देखो तां वड्डा, अंग दे पक्ष तों देखो। एक मैं बेनती इत्थे पहले कर दियां जी, कदे सात संगत पन्ने ना बोलियो, कदे पन्ने ना बोलियो, मेरी बेनती, इन्ने पन्ने ते या इन्ने पन्ने ते अंग ने सत्कार रख। ओ जे असी अपने सतगुरां दा सत्कार नहीं करांगे ते फिर सात संगत किसी ने भी नहीं करना, किसी ने करना। अंग ने, बाबा नानक सिंह जी कहिंदे सन, कहिंदे मेरी जबान सड़ जे, जबान सड़ जे, जिस जबान तो यह निकले कि पत्रे ने शाई ने जिल्द है। कहते मेरिया अखियां नाल वेखो जगदा गुरु नानक बैठा जी। आखो सतनाम, जगदा सत श्री अकाल। ऐदा बां करके कहिंदे सन, कहिंदे कौन कहिंदा वरके ने, कौन कहिंदा शाई, कौन कहिंदा जिल्द है। कितने भावना बना लै, अज भी बाजा वाले बैठे ने, अज भी बाजा वाले बैठे। अच्छा एक गल दसो, चलो मैनू, जदों तुसी हरिमंदर साहब जाते हो गुरु रामदास महाराज के दरबार, गुरु ग्रंथ साहब महाराज का उत्थे भी ने, दसो की भावना बना दे उत्थे, तुहाडी कदे भावना बनी गुरु ग्रंथ साहब महाराज की? तुहाडी भावना बनती है गुरु रामदास महाराज बैठे ने। आखो सतनाम, कित्थे चले हैं गुरु रामदास महाराज के दरबार च? कदे कहा जी गुरु ग्रंथ साहब महाराज के दरबार च हरिमंदर साहब चले, की कहें गुरु रामदास महाराज के? आप भावना
ਕੋਈ ਪਟਨਾ ਸਾਹਿਬ ਜਾਂਦਾ ਬਾਜਾਂ ਵਾਲੇ ਦੇ ਦਰ ਤੇ ਚੱਲੇ ਆਖੋ ਸਤਨਾਮ ਵਾਹਿਗੁਰੂ ਹਜੂਰ ਸਾਹਿਬ ਬਾਜਾਂ ਵਾਲੇ ਦੇ ਦਰ ਤੇ ਚੱਲੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਕਿਰਪਾ ਸਾਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਪਾਸੇ ਬਿਰਾਜਮਾਨ ਨੇ ਬੰਗਲਾ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਪਰ ਕੀ ਕਹਿੰਦੇ ਹੋ ਜਦੋਂ ਮਹਾਰਾਜ ਦੇ ਮੱਥਾ ਟੇਕਦੇ ਹੋ ਤੇ ਏਦਾਂ ਹੱਥ ਕਰਕੇ ਏਦਾਂ ਝੋਲੀਆਂ ਅੱਡ ਕੇ ਕਿਹਦੇ ਅੱਗੇ ਫਰਿਆਦ ਕਰਦੇ ਹੋ ਬਾਲਾ ਪ੍ਰੀਤਮ ਜੀ ਕਿਰਪਾ ਕਰੋ ਆਖੋ ਸਤਨਾਮ ਵਾਹਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਜਦੋਂ ਸੀਸਗੰਜ ਸਾਹਿਬ ਜਾਂਦੇ ਹੋ ਤੇ ਕਿਹਦੇ ਅੱਗੇ ਫਰਿਆਦ ਕਰਦੇ ਹੋ ਕਿਹਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰੋ ਆ ਭਾਵਨਾ ਰੱਖਣੀ ਹੈ ਜਾਗਦੇ ਗੁਰੂ ਨਾਨਕ ਨੇ ਸਤ ਸੰਗਤ ਜੀ ਬੋਲਦੇ ਗੁਰੂ ਨਾਨਕ ਨੇ ਸੁਣਦੇ ਗੁਰੂ ਨਾਨਕ ਨੇ ਕੌਣ ਕਹਿੰਦਾ ਗੁਰੂ ਬੋਲਦਾ ਨਹੀਂ ਕੌਣ ਕਹਿੰਦਾ ਗੁਰੂ ਸੁਣਦਾ ਨਹੀਂ ਸਤ ਸੰਗਤ ਸੁਣਨ ਵਾਲਾ ਚਾਹੀਦਾ ਤੁਹਾਡੇ ਅੰਦਰ ਭਾਵਨਾ ਤਾਂ ਹੋਵੇ ਆਉਂ ਵਰਤਦੇ ਨੇ ਸਤ ਸੰਗਤ ਜੀ ਮੈਂ ਬੇਨਤੀ ਲਾ ਰਿਹਾ ਆਉਂ ਆਉਂ ਚੁਟਕੀ ਲਾ ਕੇ ਮੈਂ ਬੋਲਦਾ ਪਿਆ ਏਦਾਂ ਵਰਤਦੇ ਨੇ ਮਹਾਰਾਜ ਪਰ ਭਾਵਨਾ ਮੈਂ ਤੁਹਾਨੂੰ ਬੇਨਤੀ ਲਾ ਰਿਹਾ ਸੈਂਕੜੇ ਪ੍ਰਮਾਣ ਦਾਸ ਦੇ ਕੋਲ ਨੇ ਸੈਂਕੜੇ ਪ੍ਰਮਾਣ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਆਸਰਾ ਤੱਕਿਆ ਮੈਂ ਹੱਥ ਬਣ ਬੇਨਤੀ ਕਰਦਾ ਸੰਗਤ ਜੀਓ ਬਾਣੀ ਤੋਂ ਬਾਹਰ ਕੁਝ ਨਹੀਂ ਕੁਛ ਨਹੀਂ ਕੁਛ ਨਹੀਂ ਤੁਹਾਨੂੰ ਜੋ ਚਾਹੀਦਾ ਨਾ ਜੋ ਚਾਹੀਦਾ ਜੋ ਚਾਹੀਦਾ ਖੋਜ ਸ਼ਬਦ ਮੈਂ ਜੋ ਚਾਹੀਦਾ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਹੁਣ ਅੱਗੇ ਪੜੋ ਵਿੱਚ ਬਾਣੀ ਅੰਮ੍ਰਿਤ ਕੀ ਚਾਹੀਦਾ ਦੁਨੀਆਂ ਦੇ ਪਦਾਰਥ ਦਰਗਾਹੀ ਪਦਾਰਥ ਕੀ ਚਾਹੀਦਾ ਸਿੱਖਾ ਵਿੱਚ ਬਾਣੀ ਅੰਮ੍ਰਿਤ ਕਦੇ ਸੱਜਾ ਖੱਬਾ ਨਾ ਵੇਖੇ ਔਰ ਇੱਕ ਬੇਨਤੀ ਕਰਦੇ ਹਾਂ ਜੀ ਕੋਈ ਚੀਜ਼ ਮੰਗ ਰਿਹਾ ਔਰ ਨਹੀਂ ਮਿਲ ਰਹੀ ਨਾ ਟਿੱਕ ਜਾਓ ਇੱਥੇ ਗਰੀਬ ਨਿਵਾਜ ਦੇਗਾ ਤਾਂ ਉੱਠਾਂਗਾ ਨਹੀਂ ਦੇਗਾ ਤਾਂ ਇੱਥੇ ਹੀ ਮਰ ਜਾਗਾ ਦੂਜਾ ਤੀਜਾ ਦਰ ਨਹੀਂ ਬਾਣੀ ਤੋਂ ਪਰੇ ਕੀ ਹੈ ਸਾਡਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਖਸਮ ਦੀ ਬਾਣੀ ਹੈ ਵਾਹੋ ਦੀ ਬਾਣੀ ਹੈ ਉਹ ਏਡੇ ਧਨਾੜ ਆ ਏਡੇ ਧਨਾੜ ਸ਼ਹਿਨ ਸ਼ਾਹ ਦੇ ਪੋਤਾ ਸੀ ਸਾਡੇ ਪਿਤਾ ਸ਼ਹਿਨ ਸ਼ਾਹ ਤੇ ਫਕੜਾ ਵਾਂਗ ਅਸੀਂ ਦੂਜੇ ਤੀਜੇ ਘਰਾਂ 'ਚ ਜਾ ਕੇ ਸਾਧ ਸੰਗਤ ਮਸਾਣੀਆਂ 'ਚ ਦੀਵੇ ਬਾਲਦੇ ਫਿਰੀਏ ਜੋਸ਼ੀਆਂ ਕੋਲ ਹੱਥ ਦਿਖਾਉਂਦੇ ਫਿਰੀਏ ਤਬੀਤਾਂ ਲੈਂਦੇ ਫਿਰੀਏ ਧਾਗੇ ਬਣਵਾਉਂਦੇ ਫਿਰੀਏ ਨਹੀਂ ਨਹੀਂ ਨਾ ਬਈ ਨਾ ਤੂੰ ਵੱਡਾ ਅੱਤ ਵੱਡਾ ਸਾਧ ਤੂੰ ਵੱਡਾ ਤੂੰ ਉੱਚੋ ਉੱਚਾ ਮੇਰੇ ਸਾਹਿਬ ਐਸੇ ਸ਼੍ਰੀ ਸ਼੍ਰੀ ਦਾ ਮਤਲਬ ਹੈ ਵੱਡਾ ਆਦ ਪਹਿਲਾ ਮੈਂ ਰਿਵਾਈਜ਼ ਕਰਵਾਉਂਦਾ ਜਾ ਰਿਹਾ ਸ਼੍ਰੀ ਵੱਡਾ ਆਕਾਰ ਦੇ ਵਿੱਚ ਵੀ ਵੱਡੇ ਨੇ ਸਤਿਗੁਰੂ ਜੀ 1430 ਅੰਗ ਬੋਲੀ ਵਿੱਚ ਵੀ ਵੱਡੇ ਨੇ ਕਿਸੇ ਗ੍ਰੰਥ ਦੇ ਵਿੱਚ ਇੰਨੀਆਂ ਬੋਲੀਆਂ ਨਹੀਂ ਜਾਂ ਇੰਨੀ ਲੈਂਗੁਏਜਸ ਇਸਤੇਮਾਲ ਨਹੀਂ ਕੀਤੀਆਂ ਗਈਆਂ 89 ਲੈਂਗੁਏਜਸ ਇਸਤੇਮਾਲ ਕੀਤੀਆਂ ਗਈਆਂ ਰਾਗਾਂ ਦੇ ਵਿੱਚ ਵੀ ਦੇਖੋ ਤੇ ਸਭ ਤੋਂ ਵੱਡੇ ਨੇ 31 ਰਾਗ ਆਖੋ ਸਤਨਾਮ ਵਾਹਿਗੁਰੂ 31 ਰਾਗ ਆਦ ਸ਼੍ਰੀ ਹੁਣ ਆ ਜਾਓ ਗੁਰੂ 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 ਤੋਂ ਭਾਵ ਹੁੰਦਾ ਸਤ ਸੰਗਤ ਉਹ ਜਿਹੜਾ ਹਨੇਰੇ ਤੋਂ ਪ੍ਰਕਾਸ਼ ਦੇ ਵਿੱਚ ਲਿਆ ਗੁਰੂ ਹਨੇਰੇ ਤੋਂ ਪ੍ਰਕਾਸ਼ ਚ ਲਿਆ ਭਟਕੇ ਹੋਏ ਨੂੰ ਮਾਰਗ ਤੇ ਲਿਆਣਾ ਉਹ ਹੁੰਦੇ ਨੇ ਗੁਰੂ ਤੇ ਸਾਹਿਬ ਕਹਿੰਦੇ ਨੇ ਆ ਗ੍ਰੰਥ ਜੀ ਤੁਹਾਡੇ ਗੁਰੂ ਨੇ ਕਿਉਂ ਸਾਡੇ ਅਗਿਆਨਤਾ ਨੂੰ ਗਿਆਨ ਦੇ ਤਬਦੀਲ ਕਰਦੇ ਨੇ ਆਖੋ ਸਤਨਾਮ ਭੁੱਲੇ ਕੋ ਗੁਰ ਮਾਰਗ ਪਾਇਆ ਸਾਡੇ ਭੁੱਲਣਾ ਨੂੰ ਗੁਰੂ ਮਾਰਗ ਪਾਉਂਦੇ ਨੇ ਹਨੇਰੇ ਤੋਂ ਹਨੇਰੇ ਚ ਠੋਕਰ ਹੈ ਜੀ ਹਨੇਰੇ ਚ ਭਟਕਣਾ ਹੈ ਹਨੇਰਾ ਦੁੱਖ ਦਾ ਕਾਰਨ ਹੈ ਹਨੇਰੇ ਚ ਬੰਦਾ ਰੋਂਦਾ ਹੈ ਹਨੇਰੇ ਚ ਬੰਦਾ ਦੁਖੀ ਹੁੰਦਾ ਹੈ ਤੇ ਸਾਹਿਬ ਕਹਿੰਦੇ ਮੈਂ ਆਪਣੇ ਬੱਚੇ ਨੂੰ ਰੋਣ ਨਹੀਂ ਦੇਣਾ ਮੈਂ ਆਪਣੇ ਬੱਚੇ ਨੂੰ ਠੋਕਰ ਨਹੀਂ ਖਾਣ ਦੇਣੀ ਮੈਂ ਆਪਣੇ ਬੱਚੇ ਨੂੰ ਡਿੱਗਣ ਨਹੀਂ ਦੇਣਾ ਦੁਖੀ ਨਹੀਂ ਹੋਣ ਦੇਣਾ
ਤੇ ਚੁੱਕ ਕੇ ਹਨੇਰੇ ਤੋਂ ਲੈ ਆਇਆ ਪ੍ਰਕਾਸ਼ ਦੇ ਵਿੱਚ ਸਤਿਗੁਰੂ ਆਖੋ ਸਤਨਾਮ ਵਾਹਿਗੁਰੂ ਗਿਆਨ ਅੰਜਨ ਗੁਰਦੀਆ ਬੋਲਣ ਜੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਗਿਆਨ ਅੰਧੇਰ ਗਿਆਨ ਅੰਜਨ ਗੁਰਦੀ ਮੈਨੂੰ ਗੁਰੂ ਨੇ ਗਿਆਨ ਦਾ ਅੰਜਨ ਦਿੱਤਾ ਗਿਆਨ ਦਾ ਸੂਰਮਾ ਪਵਾਤਾ ਐਸਾ ਸੂਰਮਾ ਹੁਣ ਅਗਿਆਨਤਾ ਮੇਰੇ ਅੱਗੇ ਨੱਚਦੀ ਨਹੀਂ ਆਉਂਦੀ ਨਹੀਂ ਕਿਉਂਕਿ ਪਤਾ ਹੈ ਹੁਣ ਇਹਨੇ ਮੰਨਣਾ ਨਹੀਂ ਇਹਨੇ ਮੰਨਣਾ ਨਹੀਂ ਭਰਮ ਭੁਲੇਖਿਆਂ ਚੋਂ ਬਾਹਰ ਕੱਢਿਆ ਸਾਨੂੰ ਪ੍ਰੈਕਟੀਕਲ ਜੀਵਨ ਜੀਣਾ ਸਿਖਾਇਆ ਪ੍ਰੈਕਟੀਕਲ ਜੀਣਾ ਜੀਵਨ ਜੀਣਾ ਸਿਖਾਇਆ ਸਾਨੂੰ ਔਰ ਪ੍ਰੈਕਟੀਕਲ ਸਾਧ ਸੰਗਤ ਸਾਹਿਬ ਸਾਡੇ ਗੁਰੂ ਨੇ ਆਖੋ ਸਤਨਾਮ ਦਾਸ ਸਮਾਪਤੀ ਵਾਲੇ ਪਾਸੇ ਆਵੇ ਆਦਿ ਸ਼੍ਰੀ ਗੁਰੂ ਗ੍ਰੰਥ ਗ੍ਰੰਥ ਦਾ ਮਤਲਬ ਹੁੰਦਾ ਜੀ ਗੁੰਨਣਾ ਧਿਆਨ ਨਾਲ ਸੁਣਿਓ ਗੁੰਨਣਾ ਗ੍ਰੰਥ ਕਰਨਾ ਗੁੰਨਣਾ ਬੇਤਰਤੀਬੀ ਚੀਜ਼ ਨੂੰ ਤਰਤੀਬ ਦੇ ਵਿੱਚ ਗੁੰਨਣਾ ਧਿਆਨ ਨਾਲ ਸੁਣਨਾ ਜੀ ਬੇਤਰਤੀਬੀ ਜੀ ਹੁਣ ਬੇਤਰਤੀਬੀ ਹੈ ਕੋਈ ਤਰਤੀਬ ਦੇ ਵਿੱਚ ਨਹੀਂ ਹੈ ਔਰ ਚੰਗੀ ਨਹੀਂ ਲੱਗ ਰਹੀ ਬੇਤਰਤੀਬੀ ਚੀਜ਼ ਨੂੰ ਤਰਤੀਬ ਦੇ ਵਿੱਚ ਗੁੰਨਣਾ ਇਹ ਗ੍ਰੰਥ ਕਰਨਾ ਇਹਨੂੰ ਕਹਿੰਦੇ ਗ੍ਰੰਥ ਕਰਨਾ ਜਿਵੇਂ ਇੱਕ ਮਾਲਣ ਫੁੱਲ ਤੋੜ ਲੈਂਦੀ ਹੈ ਕਈ ਫੁੱਲ ਭਾਂਤ ਭਾਂਤ ਦੇ ਵੱਖਰੇ ਵੱਖਰੇ ਰੰਗ ਦੇ ਵੱਖਰੇ ਵੱਖਰੇ ਆਕਾਰ ਦੇ ਮਾਲਣ ਫੁੱਲ ਤੋੜ ਲੈਂਦੀ ਏਦਾਂ ਵਿਛਾ ਦਿੰਦੀ ਹੁਣ ਬੇਤਰਤੀਬੇ ਉਹ ਫੁੱਲ ਲੱਗੇ ਹੋਏ ਨੇ ਹੁਣ ਲੈਂਦੀ ਸੂਈ ਤੇ ਧਾਗ ਤੇ ਤਰਤੀਬ ਦੇ ਵਿੱਚ ਉਹਨੂੰ ਪਰੋਂਦੀ ਹੈ ਆਖੋ ਸਤਨਾਮ ਕਿਹੜੇ ਰੰਗ ਦਾ ਕਿਹੜਾ ਰੰਗ ਕਿੱਥੇ ਆਏਗਾ ਇਹ ਰੰਗ ਹੁਣ ਇਹਦੀ ਵਾਰੀ ਇਸ ਰੰਗ ਤੋਂ ਬਾਅਦ ਇਹ ਆਕਾਰ ਦਾ ਫੁੱਲ ਇਸ ਆਕਾਰ ਤੋਂ ਬਾਅਦ ਇਸ ਤਰਤੀਬ ਦੇ ਨਾਲ ਉਹ ਗੁੰਦਦੀ ਹੈ ਉਸ ਫੁੱਲ ਉਹਨਾਂ ਫੁੱਲਾਂ ਨੂੰ ਇੰਨਾ ਸੋਹਣਾ ਹਾਰ ਬਣਾ ਦਿੰਦੀ ਦੇਖਣ ਵਾਲਾ ਕਹਿੰਦਾ ਵਾਹ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰਤੀਬ ਦੇ ਵਿੱਚ ਸਾਸੰਗ ਰਾਗ ਦੀ ਤਰਤੀਬ ਲਾਈ ਸ਼ਬਦਾਂ ਦੀ ਤਰਤੀਬ ਲਾਈ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਉਹਨਾਂ ਦੀ ਤਰਤੀਬ ਪੂਰੀ ਤਰਤੀਬ ਵਾਈਜ਼ ਸਾਸੰਗ ਜੀ ਸਾਰੀ ਬਾਣੀ ਕਿਉਂਕਿ ਇਕੱਤਰ ਕੀਤੀ ਸੀ ਅਖੀਰ ਇਹ ਆਪਣਾ ਬਾਬਾ ਮੋਹਣ ਜੀ ਪਾਸੋਂ ਬਾਬਾ ਮੋਹਣ ਜੀ ਪਾਸੋਂ ਗੋਇੰਦਵਾਲ ਸਾਹਿਬ ਤੋਂ ਜਦੋਂ ਸੈਂਚੀਆਂ ਲੈ ਕੇ ਫਿਰ ਸੰਪੂਰਨਤਾ ਵੱਲ ਆਏ ਸਾਸੰਗ ਬੜੀ ਤਰਤੀਬ ਵਾਈਜ਼ ਸਾਸੰਗ ਜੀ ਉਹ ਗ੍ਰੰਥ ਕੀਤਾ ਗੁੰਨਿਆ ਆਖੋ ਸਤਨਾਮ ਗੁੰਨਿਆ ਆਦਿ ਪਹਿਲਾ ਸ਼੍ਰੀ ਵੱਡਾ ਗੁਰੂ ਜਿਹੜਾ ਅਗਿਆਨਤਾ ਤੋਂ ਗਿਆਨ ਵਿੱਚ ਲਿਆਉਣ ਵਾਲੇ ਨੇ ਗੁਰੂ ਗ੍ਰੰਥ ਗੁੰਨਣਾ ਹੁਣ ਆ ਜਾਓ ਸਾਹਿਬ ਇਹ ਗ੍ਰੰਥ ਸਾਹਿਬ ਜੀ ਕੈਸੇ ਨੇ ਸਹਿਬੀ ਦਿੰਦੇ ਨੇ ਆਖੋ ਸਤਨਾਮ ਸਹਿਬੀ ਦਿੰਦੇ ਉਹ ਕਬੀਰ ਕਬੀਰ ਜੀ ਜਿਨ੍ਹਾਂ ਨੂੰ ਸਾਧ ਸੰਗਤ ਸਮਾਜ ਨੇ ਬ੍ਰਾਹਮਣਾਂ ਨੇ ਵੱਡੇ ਜਿਹੜੇ ਜਾਤੀ ਦੇ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਸ਼ੂਦਰ ਸ਼ੂਦਰ ਕਹਿ ਕੇ ਰਵਿਦਾਸ ਜੀ ਨੂੰ ਚਮਾਰ ਚਮਾਰ ਕਹਿ ਕੇ ਪਰੇ ਕੀਤਾ ਨਾਮਦੇਵ ਜੀ ਨੂੰ ਧੱਕੇ ਮਾਰੇ ਗਏ ਕਿ ਨੀਵੀਂ ਜਾਤੀ ਦਾ ਤੂੰ ਮੰਦਰ 'ਚ ਬਹਿ ਕੇ ਭਜਨ ਨਹੀਂ ਕਰ ਸਕਦਾ ਧੱਕੇ ਮਾਰ ਕੇ ਬਾਹਰ ਸੁੱਟਿਆ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਧੱਕੇ ਮਾਰ ਕੇ ਸੁੱਟਿਆ ਗਿਆ ਸਾਹਿਬ ਕਹਿੰਦੇ ਘਬਰਾਓ ਨਾ ਤੁਹਾਡੇ ਵਿੱਚੋਂ ਰੱਬੀ ਬਾਣੀ ਦਾ ਪ੍ਰਗਾਸ਼ ਹੋਇਆ ਤੁਹਾਨੂੰ ਬਾਹਰਲਿਆਂ ਨੇ ਧੱਕੇ ਮਾਰੇ ਇੱਥੇ ਤੁਹਾਨੂੰ ਸਾਹਿਬੀ ਮਿਲਣੀ ਆਖੋ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਵਿੱਚ ਲਿਆ ਕੇ ਮਹਾਰਾਜ ਨੇ ਬਾਤਾ ਅੱਜ ਜਿੱਥੇ ਗੁਰੂ ਨਾਨਕ ਨੂੰ ਮੱਥੇ ਪੇ ਟੇਕਦੇ ਹੋ ਬਾਬਾ ਫਰੀਦ ਜੀ ਨੂੰ ਵੀ ਟੇਕਦੇ ਹੋ ਆਖੋ ਸਤਨਾਮ ਵਾਹਿਗੁਰੂ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਟੇਕਦੇ ਹੋ ਨਾਮਦੇਵ ਜੀ ਨੂੰ ਮੱਥਾ ਟੇਕਦੇ ਹੋ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੱਥਾ ਟੇਕਦੇ ਹੋ ਬਾਬਾ ਰਵਿਦਾਸ ਜੀ ਨੂੰ ਮੱਥਾ ਟੇਕਦੇ ਹੋ ਤੁਸੀਂ ਕਦੇ ਨਹੀਂ ਕਹਿ ਸਕਦੇ ਮੈਂ ਰਵਿਦਾਸ ਜੀ ਨੂੰ ਮੱਥਾ ਨਹੀਂ ਟੇਕਦਾ ਕਰਮਾਂ ਵਾਲਿਓ ਸਹਿਬੀ ਦੇਖਦੇ ਬਾਬਾ ਫਰੀਦ ਸਾਹਿਬ ਕਰਤੇ ਨਾਮਦੇਵ ਸਾਹਿਬ ਕਰਤੇ ਸਾਧ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਹਿਬ ਜਿਹੜਾ ਲੱਗ ਗਿਆ ਜਿਹੜੇ ਜਿਹੜੇ ਵਿੱਚ ਬੈਠੇ ਨੇ ਸਾਰੇ ਹੀ ਸਾਹਿਬ ਬਣ ਗਏ ਆਖੋ ਸਤਨਾਮ ਤਖਤ ਤੇ ਬਿਰਾਜਮਾਨ ਨੇ ਚੌਰ ਹੋ ਰਹੀ ਹੈ ਛਤਰ ਥੱਲੇ ਬੈਠੇ ਹੋਏ ਨੇ ਆਪਣਾ ਚੰਦੋਵਾ ਥੱਲੇ ਚੰਦੋਵਾ ਸਾਹਿਬ ਥੱਲੇ ਬੈਠੇ ਹੋਏ ਨੇ ਤੇ ਸਹਿਬੀ ਹੈ ਨਾ ਜੀ ਮੇਰੇ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਧੱਕੇ ਪਏ ਔਰ ਰੱਬੀ ਬਾਣੀ ਦਾ ਪ੍ਰਗਾਸ਼ ਉਹਨਾਂ ਦੇ ਵਿੱਚੋਂ
ਰੱਬੀ ਬਾਣੀ ਦੇ ਝਰਨੇ ਫੁੱਟੇ ਨੇ, ਕਿਸੇ ਨੇ ਨਹੀਂ ਪਛਾਣਿਆ ਕਿ ਰੱਬੀ ਬਾਣੀ ਦਾ ਉਹਨਾਂ ਵਿੱਚੋਂ ਝਰਨੇ ਫੁੱਟੇ ਤੇ ਇਹ ਸਤਕਾਰਕ ਨੇ ਉਹ ਪਛਾਣਿਆ ਤੇ ਗੁਰੂ ਨਾਨਕ ਨੇ ਆਖੋ ਸਤਨਾਮ ਪਛਾਣਿਆ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪਛਾਣਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਖੋ ਸਤਨਾਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ। ਪੰਜ ਸ਼ਬਦ ਨੇ ਜੀ, ਸਾਹਿਬ ਸਾਹਿਬੀ ਤੇ ਸਾਹਿਬ ਕਹਿੰਦੇ ਨੇ ਜਿਹੜਾ ਝੁੱਕ ਗਿਆ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਪਰ ਪਹਿਰਾ ਦੇ ਬੈਠਾ, ਜਿਹੜਾ ਸਤ ਬਚਨ ਕਰਕੇ ਤੁਰਦਾ ਰਿਹਾ, ਸਾਹਿਬ ਕਹਿੰਦੇ ਘਬਰਾ ਨਾ, ਫਿਰ ਸਾਹਿਬੀ ਤੇਰੇ ਵਾਸਤੇ ਵੀ ਹੈ। ਆਖੋ ਸਤਨਾਮ, ਫਿਰ ਸਾਹਿਬੀ ਤੇਰੇ ਵਾਸਤੇ ਵੀ, ਫਿਰ ਦੁਨੀਆ ਵੀ ਤੇਰੇ ਮਗਰ ਮਗਰ। ਆਖੋ ਸਤਨਾਮ, ਇਹ ਸੱਚਾਈ ਹੈ। ਪੜ੍ਹਦੇ ਨੀ, ਇੱਕ ਮਿੰਟ ਪੜ੍ਹ ਲਈਏ ਸਾਰੇ ਗਰਬਾ ਕਰੇ। ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਦੋਣੇ 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 ਵਾਹੋ ਵਾਹੋ ਕਰੇ ਸਹੀ ਜਨ। ਹੁਣ ਅੱਗੇ ਤਿੰਨ ਕੋ ਪਰ ਜਾ ਪੂਜਣ ਆਈ, 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 ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਵਾਹੋ ਵਾਹੋ ਕਰੇ ਸਹੀ ਜਨ। ਸਾਹਿਬ ਸਾਹਿਬ ਕਹਿੰਦੇ ਜਿਹੜੇ ਵਾਹੋ ਚ ਉਤਰਦੇ ਨੇ, ਵਾਹੋ ਦੇ ਵਿੱਚ ਅੰਮ੍ਰਿਤ ਵੇਲੇ ਜਾਗਦੇ ਨੇ, ਭਜਨ ਕਰਦੇ ਨੇ, ਕਮਾਈਆਂ ਕਰਦੇ ਨੇ, ਆਪੇ ਨੂੰ ਸਵਾਰ ਰਹੇ ਨੇ, ਖੱਟ ਕੇ ਜਾ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ਼ੇ ਮੁਤਾਬਕ ਤੁਰ ਰਹੇ ਨੇ, ਕਹਿੰਦੇ ਤਿੰਨ ਕੋ ਪਰਜਾ ਪੂਜਣ ਆਈ। ਰੱਬ, ਧਿਆਨ ਨਾਲ ਸੁਣਨਾ ਜੀ ਇਹ ਲਫ਼ਜ਼, ਰੱਬ ਉਹ ਪਰਮੇਸ਼ਰ, ਉਹ ਪਰਮਾਤਮਾ ਦੁਨੀਆ ਨੂੰ ਉਹਨੂੰ ਪੂਜਣ ਲਈ ਲਾ ਦਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਜਦਾ। ਆਖੋ ਸਤਨਾਮ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਪੂਜਦਾ। ਪੁਜਾਰੀ ਹੈ ਤੇ ਇੱਕੋ ਨਾਮ ਦਾ ਬਸ, ਪੁਜਾਰੀ ਹੈ ਤੇ ਕੇਵਲ ਆਪਣੇ ਸਾਹਿਬ ਦਾ, ਤੇ ਜਿਹੜਾ ਪੁਜਾਰੀ ਹੈ ਉਹ ਹੀ ਆਗਿਆਕਾਰੀ ਹੈ, ਆਗਿਆਕਾਰੀ ਹੀ ਪੁਜਾਰੀ ਹੈ ਸਾਧ ਜੀ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਆਗਿਆਕਾਰੀ ਹੀ ਠਾਕੁਰ ਦਾ ਪੁਜਾਰੀ ਹੈ। ਗੁਰੂ ਮੇਹਰ ਕਰਨ, ਨਦਰ ਕਰਨ ਸਾਧ ਸੰਗਤ ਜੀਓ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਭਾਗੀ ਤਾਜਪੋਸ਼ੀ, ਗੁਰਤਾ ਗੱਦੀ ਦਿਹਾੜਾ ਸਾਧ ਸੰਗਤ ਮਨਾ ਰਹੇ। ਮਾਣ ਰੱਖੀਏ, ਮਾਣ ਰੱਖੀਏ ਸਕਰਮਾਂ ਵਾਲਿਓ, ਕੋਈ ਦੁੱਖ ਕੋਈ ਸੁੱਖ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬਸ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਹੋਵੇ ਬਸ। ਦੂਜੀ ਤੀਜੀ ਸਾਧ ਸੰਗਤ ਕੋਈ ਧਿਰ ਨਹੀਂ ਸਾਡੀ। ਆ ਬਾਬਾ ਫਰੀਦ ਜੀ ਇਹ ਸਾਨੂੰ ਸਮਤ ਦੇ ਰਹੇ, ਫਰੀਦ ਜੀ ਇਹ ਕਹਿੰਦੇ ਨੇ, ਕਹਿੰਦੇ ਨਾ ਦੂਜਾ ਵੇਖਾ। ਆਖੋ ਸਤਨਾਮ, ਜੇ ਤੂੰ ਤੁੱਠਾ ਹੈ ਕਿਰਪਾ ਨਿਧਾਨ, ਨਾ ਦੂਜਾ ਵੇਖਾ, ਮੈਨੂੰ ਦੂਜਾ ਨਾ ਦੇਖਾ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਜੇ ਮੇਰੇ ਤੇ ਤਰੁੱਠੇ ਹੋ ਬਸ ਆਪਣੇ ਚਰਨਾਂ ਨਾਲ ਗੰਢੀ ਰੱਖਣਾ। ਆਖੋ ਸਤਨਾਮ, ਜਾਂ ਤਾਂ ਸਤਸੰਗ ਤਾਂ ਨਾ ਅਸੀਂ ਬਾਹਰ ਜਾਈਏ ਜੇ ਆਪਣੇ ਘਰ ਕੁਝ ਨਾ ਹੋਵੇ। ਆਪਣਾ ਘਰ ਐਡਾ ਭਰਿਆ ਹੋਇਆ, ਭਰਿਆ ਭਰਿਆ, ਕਿਹੜੀ ਦਾਤ ਚਾਹੀਦੀ ਹੈ? ਆਓ ਤਾਂ ਸਹੀ, ਬੈਠੋ ਭਾਵਨਾ ਨਾਲ ਬੈਠੋ, ਸਭ ਕੁਛ ਲੈ ਜਾਓਗੇ, ਸਭ ਕੁਛ। ਮੈਂ ਹੈਰਾਨ ਹੋਨਾ ਸਾਧ ਸੰਗਤ, ਹੈਰਾਨ ਹੋਨਾ, ਐਸੇ ਐਸੇ ਕੌਤਕ ਵੇਖੇ ਨੇ, ਐਸੇ ਐਸੇ। ਕੋਈ ਕਹਿੰਦਾ ਜੀ ਕੌਤਕ, ਉਹ ਅੱਜ ਵੀ ਕੌਤਕ ਹੋ ਰਹੇ ਨੇ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਕੌਤਕ ਕਰਵਾਉਂਦੇ ਪਏ ਨੇ ਅੱਜ।
कौन कहिंदा गुरबत च कौतक नहीं। आ गुरु ग्रंथ साहब महाराज कौतक कराते पे, नित पे कौतक होंदे पे। डॉक्टर ने जवाब देता जी, घूमाए जिथे मर्जी घूमाए, जो बैठे गुरु ग्रंथ साहब महाराज जी को वर्त पे साहब, वर्त पे साहब, भावना नू भाग लाए। बाबा ईश्वर सिंह जी कोई गुरमुख प्यारे आए, उन्होंने कहा जी डॉक्टर ने जवाब देता माई ने। बाबा ईश्वर सिंह जी नानक सर वाले पता की कहें, ऐदा गुरु वाल हथ करके साथ संग कहते, डॉक्टर ने जवाब दिता है, गुरु ने तो जवाब नहीं दिता। आखो सतनाम, गुरु ने तो जवाब नहीं दिता। वड्डियां भावना, वड्डियां साध संग जिया, आप अपनियां भावना स्ट्रोंग करो, सब कुछ लै जाओगे, सब कुछ। हुण मेरे को समा नहीं, नहीं तो ऐसे ऐसे प्रमाण साक्षी साढ़े कोल ने दास साध संग जी, ऐसे ऐसे परिवार सामने लिया के खड़ा कर देंगे। भरवटे तां चक के बंदा कहेगा है इदा हो सकता है, इदा हो, हां जी इदा हो सकता है। ताई तो साध संगत एक ठोक के कहने मेरे साहेब पूरे, साहेब पूरे, तुझते बाहर किछ नहीं, तुझते बाहर किछ नहीं, कुछ भी नहीं मेरे सतगुरु तुहाडे तो बाहर। आखो सतनाम, कुछ भी नहीं। मेरे गुरु ग्रंथ साहब महाराज कृपा करन, साडियां जिहड़ी साडी भावना है तगड़ी होवे, भरोसा तगड़ा होवे, बैठो साहिब दे भरोसे दे विच, बाणी दा लड़ पकड़ो, शब्द दा लड़ पकड़ो। सत्संग जी शब्द की है, की है शब्द? शब्द है गुरु दा ज्ञान, शब्द है गुरु दी मत, शब्द है गुरु दे बोल। जो सतगुरु अपने शब्दां दे राही बख्शिश कर रहे ने, बस कमाल ही है, गल बन जाएगी। साहिब कहिंदे शराब नहीं पीनी, ओ सिखा तेरे घर वैरायटियां दी शराब पई होई है। तू कहिंदा गुरु दी खुशी मिल जा, साहिब कहिंदे तेरे खुशी दे प्रोग्राम दे विच कोई इदां दा काम ना होवे जिन्हों वेख के मेरा सिर झुक जावे। आखो सतनाम, झुकदा नहीं होना। शराबां दे दौर चलते ने, मास दे दौर चलते ने, नचण वाले नचण वालियां होर सारा डंबर तुरिया पे, नहीं करमां वाले हर एक चीज अपने गुरु तो पुछ के करो। गुर पुछ कर विचार, गुरु नू पुछ के करो। इस देखो कि ये चीज एक कदम मैं पट्टन लगा कि मेरे गुरु नू पाएगा, कि मेरे सतगुरु जी नू पाएगा। पाएगा तो कर दो, नहीं पाएगा तो चानण हो जाएगा जी, तो अंदर चानण हो जाएगा, मेरे सतगुरु नू नहीं पाएगा, नहीं पाएगा ना करो। अगर पाएगा तो कर दे, कर दे। गुरु तू बार नहीं, सचे पातशाह कृपा करन जी, मेरे मालक दया करन, रोम रोम तो शुकराने, तन तन तन। साहिब श्री गुरु ग्रंथ साहिब महाराज सचे पातशाह जी दे, गुरु गरीब निवाज ने कृपा की है, ये सुभागी ताजपोशी सात संग जी, ये सतगुरां की कृपा दे नाल आप जिया के दर्शन कर रहे हैं जी। शेरे पंजाब मार्केट के सारे समूह मेहमराना का तह दिल तो दास धनवादी है। गुरमुख प्यारे भाई दर्शन सिंह जी ग्रंथी गुरद्वारा दुख निवारण साहब धनवादी, उन्होंने भी बहुत प्यार वाले मिठे बोल गुरमुखा ने, आप जिहड़े स्टेज सकत्तर साहब मैं पहली बारी सुन रहे हैं, पातशाह होर भाग लाण, उन्हों का भी तह दिल तो दास धनवादी है। जिन्हिया संगत लाइव वेख रही हैं तुहाडे चरणों के बेनती है, और पहले तो मैं धनवाद कर रहा हूँ कि तुसी असीस दिती है। कल भी तुसी असीस दिती सी लाइव च, तुसी प्यार दिंदे हो। तकरीबन कल 2700-2800 मोबाइल खुलिया होया सी, अज भी लगभग 2500 तो उपर तुसी असीस दिती। ते कल हुण मलेरकोटले तो बाबा जी की कृपा दे नाल, इह लगातार ही पता नहीं सतगुरां दी मेहर बन गई, 3 दिन ते मलेरकोटले तो कल 8:30-10 गुरद्वारा शहीदां उत्थों भी लाइव सचे पातशाह की कृपा दे नाल आएगा। यह सत्संग जी चरणा च बेनती है। आ एक चिप है जी, बाहर स्टॉल लगा है, इधर दोनों पासे स्टॉल लगा है जी। आ मैं हथ बन बेनती करना पटियाले वाले हो, और जिहड़ी भी संगत बाहरों आई, तुहाडे घरां च
24 घंटे सिमरन चलना चाहिए 24 घंटे आइदर फिजिकली भावे हुण फिजिकली तो हो नहीं सकता 24 घंटे तो कोई लग्या नहीं रह सकता ते एक डिवाइस तैयार हुई है सच्चे पातशाह की कृपा दे नाल इहनूं चिप कहिंदे आ आपां इहनूं प्लग इन कर दिता इधर बटन है चार धुनां दे विच चार धुनां ने पहली धुन मूल मंत्र दी दूजी धुन गुरु रामदास महाराज के दर से जिहड़ी धुन ने सतनाम श्री वाहे गुरु साहिब जी सतनाम श्री वाहे गुरु साहिब जी सतनाम श्री वाहे गुरु साहिब जी दूजी तो नहीं तीजी वाहे गुरु वाहे गुरु वाहे गुरु वाहे गुरु वाहे गुरु वाहे गुरु ते चौथी तो ना गुरु नानक मेरे मेहर करो सी तेरी मेहर नाल तरन हर वेले तुहाडे घर दे विच तुहाडियां दुकानां तुहाडे शोरूम तुहाडी फैक्ट्री जो भी गुरु नानक ने तुहानूं स्थान दिता है मूल मंत्र दा पहरा गुर मंत्र दा पहरा साध संगत वाहिगुरु मंत्र दा पहरा चलदा रहे और सच्चाई जानना जिथे गुर मंत्र दा पहरा जिथे मूल मंत्र दा 24 घंटे पहरा चलदा है मेरे धन गुरु ग्रंथ साहिब महाराज कहिंदे ने कहिंदे तंत मंत ने जोहित चाख ना लागे कोई तंत्र कोई मंत्र कोई भैड़ी नजर उथे आ नहीं सकती जिथे वाहिगुरु मंत्र दा पहरा जिथे गुर मंत्र जिथे मूल मंत्र दा पहरा हो अपने घर च लाओ जिथे भी साध संगत कोई वित्त बनती है हुण किसी दे बच्चियां दा अपना जन्मदिन मैरिज एनिवर्सरी इदां संगतां फिर साध संगत वंडदियां भी ने ते जिथे जिथे तुसीं दिओगे मान लो 20 चिप्पां वंडियां ते 20 घरां दे च तुसीं सिमरन शुरू करवा दित्ता 20 घरां दे च तुहाडे करके 24 घंटे सिमरन शुरू हो गया कोई छोटी बात नहीं साध संगत छोटी बात नहीं आ इक पेन ड्राइव है ये 6वीं पेन ड्राइव साध संगत जी गुरु ने बख्शिश करके कढ़वाई है संगतां दा बहुत हुक्म सी कि सिमरन साधना दी पेन ड्राइव कढ़ो ते जिहड़ी अमृत वेले आप जी सिमरन साधना सुणदे हो ये 60 वॉल्यूम 70 वॉल्यूम वाहिगुरु जी बख्श लियो 70 वॉल्यूम साध संगत जी इहदे विच 70 अमृत वेले दे सिमरन साधना दे दीवान ने ते गड्डियां च तुहाडे ये पेन ड्राइव लगी होवे हर वेले सिमरन चलदा रहे हर वेले सिमरन चलदा रहे तुहाडे साध संगत अपरेटस दे विच लगियां होण ते हर वेले सिमरन दी गूंज गुरु साहब दी कृपा दे नाल तुरदी रहे ये बेअंत माया भेटा संगतां वल्लों बख्शिश होई है तुहानूं पता ही है साध संगत जी ये जिन्नी माया तुसीं दिंदे हो 3 हस्पताल चल रहे ने एक एक दमड़ा तुहाडा एक एक दमड़ा तुहाडी अमानत समझ के साध संगत जी उत्थे लाया जांदा और मैं एक बेनती करदे आं क्योंकि लाइव भी जा रहे हैं चैनल दे विच सवेरे दास ने अमृत वेले भी साध संगत ये बेनती तुहाडे चरणा च लाणी पिछे भी ला चुके गुरु की कृपा जिहड़े हस्पताल चल रहे ने वैसे तो साध संगत बाहर हुण तुसीं हड्डियां दे डाक्टर कोल जाओ 500 रुपया चार्ज है ENT कोल जाओ 500 रुपया कंसल्टेंट फीस लैंदा है स्किन दे डाक्टर कोल जाओ 500 रुपया लैंदा है उत्थे असीं 20 रुपये चार्ज रखिया 20 रुपये ते गुरु की कृपा अगर कोई गरीब आ जाए लोड़वंद आ जाए और एक कह देवे कि मेरे कोल माया नहीं फिर अंदर उहदे बिल जिन्ने बिल बने मान लो हुण दवाई दे 1200 बने आ टैस्टां दा 800 बने 20 रुपये उहदी पर्ची है हुण 2000 20 रुपये बन गया हुण उह कहिंदा जी मेरे कोल तां है ही नहीं मेरे कोल तां 200 रुपये है फिर ये नहीं कहा जाता बई ये 2000 का बिल है पहले माया रखता है ना बई ना तेरे खातर ही संगत दे रही है ले जा दवाइया ले जा करा ले सारे टेस्ट करा अपना चेकअप ये तेरे खातर ही हस्पताल खुले गुरु नानक का घर जो जी आए सोरा जी रोंदा कोई आ सकता है गुरु नानक के दरबार च रोंदा जा नहीं सकता खिड़िया जाएगा ते गुरु कृपा जेड़ा लोड़वंद आ जाता कहते बस खाली ऑप्टिकल्स दे विच ए चश्मे फ्रेम ते एक डेंटल क्योंकि इत्थे साध संगत ऑप्शन हुंदी है देखो इत्थे चॉइस कर सकदा है कि नहीं मैनूं 200 दा फ्रेम नहीं मैनूं 2000 दा फ्रेम चाहिए इत्थे नहीं इत्थे खाली 25% डिस्काउंट है ते गुरु दी कृपा डेंटल दे विच भी एक दंद 1100 दा ते एक 4500 दा भी है एक 10000 दा भी दंद है उत्थे भी चॉइस चलदी है
पर टेस्टा दे चॉइस नहीं है जी कि मैं आ टेस्ट नहीं कराना आ कराना है जी इहदे बदले आ टेस्ट कर दिओ नहीं हो सकदा वो कंपल्शन है उत्थे चॉइस नहीं उत्थे कंपल्शन है दवाइयां मैं यह दवाई नहीं मैनूं इहदी थां ते यह दे दे मैं यह खानी है मैं यह नहीं खानी है उत्थे कंपल्शन है जिहड़ी कंपल्शन की चीज है वह फ्री करती गई है ते एक दस अनाउंसमेंट करन लगा दो तीन बारी कर चुका है इथों भी सात संगत गुरु की कृपा दे नाल संगतां दे चरणां च आ गुरु नानक साहब का गुरपुरब आ रहा जी गुरु नानक साहब के गुरपुरब तो गुरु नानक साहब के गुरपुरब तक अगले साल 2022 सात संगत जी एक ही गुरपुरब आ रहा 2022 का गुरपुरब तक एक साल लई रागी ढाडी प्रचारक ग्रंथी साहबान जिहड़े गुरु ग्रंथ साहब महाराज का प्रकाश पाठ करते हैं सेवादार गुरुद्वारे साहब के ओ ते उन्हां दी फैमिली सत्संग जी टोटल फ्री करता गया खाली ऐणकां दा ते दंदां दा सत्संग जी ओ छड़ के बाकी सारा ही फ्री करता गया बस खाली ओ अपने गुरद्वारा साहबान तो लिखवा के लिया एक खाली प्रूफ हल्का जहा हो जाना चाहिए कि बई ये इत्थे गुरद्वारे साहब लगे हुए ने क्यों कईआं दी सत्संगत माली हालत बहुत ज़्यादा हुण जदों टैसट 3000 दे लिख के देते या 2000 दे या 1500 दे लिख के देते 800-900 की दवाइया लिख के वह ग्रंथी साहबान या वो जो सेवादार है जो पैर से खड़े रहता या देग की सेवा हूँ नहीं वो समर्था है की करेगा फिर सत्संगत यह सारा कुछ उन्होंने वास्ते फ्री करता एक साल लिए बस खाली वो रिटर्न च एक लिया के दिखा गुरद्वारा साहब तो लिखवा देन कि भाई असं इस गुरद्वारे सेवादार हाँ या पाठी सिंह है कोई भी तो एक साल लिए बाबा जी की कृपा के नाल सत्संग सारा इलाज बाबा जी की कृपा सतगुरु की कृपा के नाल फ्री मालक की दया दे नाल ते दसरिया ने हुण कीर्तन तो बाद गुरमुख प्यारे भाई सुरिंदर सिंह जी गुरमुख प्यारे भाई नछत्र सिंह जी हजूरी रागी श्री दरबार साहब श्री अमृतसर साहब गुरमुखा ने आप जिया के दर्शन करने ने सत्संग जी आओ पंक्ति पढ़ीए ते करिए जी समाप्ति सारे कृपा करिए बोलियो जी सतगुर वड्डा कर सालाही है जिस विच वड्डियां वड्याइयां सतगुर वड्डा कर सालाही है जिस विच वड्डियां वड्याइयां सतगुर वड्डा कर सालाही है जिस विच वड्डियां वड्याइयां जी सतगुर वड्डा कर सालाही है हां जिस विच वड्डियां वड्याइयां हथ बन बेनती है जी कल भी दास ने यह बेनती लाई सी समागम तो बाद जड़ा गजीरे सी कि सवेरे चरण परसांगे तुहाडे ते अज भी जिहड़ी संगतां लाइव वेख रही हैं तुहाडे चरणां च बेनती है कि सवेरे जिहड़ा सिमरन साधना सतगुरु जी सेवा लैंदे तुहाडे चरण परसे जाणे ने असीस तुहाडी लवांगे साध संगत जी क्योंकि कई वारी संगतां आप ही ख्याल बना लैंदियां कि राती लेट हो जाणगे पता नहीं सवेरे आणगे नहीं आणगे ते तुहाडियां असीसां ने तुहाडियां चरण धूड साध संगत जी माणांगे ठीक उदा ही पौने चार बजे लाइव शुरू हो जाना है जी तो सारे ने क्योंकि किसी हाल च अमृत वेला नहीं छड़ना किसी हाल दे विच अमृत वेला नहीं छड़ना जो मर्जी हो जाए अमृत वेले की भगती ये साध संगत गुरु नानक की वड्डी असीस है वड्डी असीस है तो जेडे घर च बैठे भाई गुरु कृपा करन अमृत वेले लिंक तुहानू आ जांदा है जुड़े हो जेडे इत्थे भी पटियाले की संगत तुहाडे भी चरणा च बेनती है अमृत वेला जरूर संभालिया करो भावें दुख निवारण गुरद्वारा साहब जाना है भावें अपने महल्ले के गुरद्वारे भावें कितें भावें जिहड़ा सिमरन साधना का लिंक आंदा है उधर जुड़ना है पौने दो घंटे साधना होंदी है सवेरे रोजाना गुरु की कृपा दे नाल भावें उधर जुड़ना है पर एक चीज ये अमृत वेले की माफी नहीं अमृत वेले की छुट्टी नहीं दिती गुरु नानक साहब ने ना बाजा वाले ने दिती सरसा नदी का कंडा 250 सिंह शहीद कराते पर अमृत वेले की छुट्टी नहीं दिती आखो सतनाम छुट्टी नहीं दिती गुरु नानक कृपा करन फिर अमृत वेले तुहाडे चरण परसांगे दर्शन करांगे तुहाडे सत्संग जी करियो कृपा पंक्ति पढ़ करिए जी समाप्ति जी सतगुर वड्डा कर सालाही है
ਇਸ ਵਿੱਚ ਵਡਿਆਂ ਵਡਿਆਈਆਂ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡਿਆਂ ਵਡਿਆਈਆਂ ਜਿਸ ਵਿੱਚ ਵਡਿਆਂ ਵਡਿਆਈਆਂ ਜਿਸ ਵਿੱਚ ਵਡਿਆਂ ਸਤਿ ਸ਼੍ਰੀ ਅਕਾਲ।